ਪਿਆਰੇ ਸਾਧ ਸੰਗਤ ਜੀ ਆ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਚ ਸੱਜ ਕੇ ਬੈਠੇ ਹੋ ਆਪਣੇ ਘੜੀ ਪਹਿਲਾਂ ਸਵਾਸਾਂ ਨੂੰ ਸਫਲੇ ਕਰ ਰਹੇ ਹੋ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਦਾ ਧੁਰਾ ਤਪਸਤਾਨ ਨਰਬਲ ਕੁਟੀਆ ਜੌਲਾਂ ਵਾਲੇ ਮਹਾਂਪੁਰਸ਼ ਹਰ ਸੰਗਰਾਂਦ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਸੰਗਤਾਂ ਨੂੰ ਅੰਮ੍ਰਿਤ ਛਕਾਉਂਦੇ ਨੇ ਅੰਮ੍ਰਿਤ ਦੀ ਗੱਲ ਕਰਾਂ ਪੰਜੇ ਪਾਣੀਆਂ ਪੜ ਕੇ ਦਸਮੇਸ਼ ਪਿਤਾ ਕੀਤਾ ਖਾਲਸੇ ਲਈ ਤਿਆਰ ਅੰਮ੍ਰਿਤ ਮਲਮ ਬਣ ਗਿਆ ਬਤਨ ਦੇ ਜ਼ਖਮ ਉੱਤੇ ਦੁਸ਼ਮਣ ਲਈ ਤਲਵਾਰ ਅੰਮ੍ਰਿਤ ਫਤਿਹ ਸਿੰਘ ਪੀਤਾ ਜੋਰਾ ਬਰ ਪੀਤਾ ਭਾਈ ਜਦੋਂ ਪੀਤਾ ਅਜੀਤ ਜਯਾਰ ਅੰਮ੍ਰਿਤ ਬਾਰ ਬੇਦਰਦਾਂ ਨੇ ਵਾਰ ਕੀਤੇ ਇਹ ਪਰਿਵਾਰ ਨਾਲ ਅਜੀਤ ਦਾ ਝੱਲ ਹੋਇਆ ਇਹ ਦਸਮੇਸ਼ ਨੂੰ ਪਤਾ ਹੈ ਕਿ ਨਹੀਂ ਹਾਲੀ ਮਸਲਾ ਟੁੱਟੇ ਹੋਏ ਜਨੇਊਆਂ ਦਾ ਹੱਲ ਹੋਇਆ ਮੁੜਿਆ ਪਿਤਾ ਦਸਮੇਸ਼ ਅਰਾਦੇ ਉਹਨਾਂ ਪੈਰ ਪੈਰ ਤੇ ਪੈਰ ਮਚਕੋੜਦਾ ਗਿਆ ਤੋੜ ਤੋੜ ਕੇ ਅੰਦਰਾਂ ਢਿੱਡ ਦੀਆਂ ਟੁੱਟੇ ਹੋਏ ਜਨੇਊਆਂ ਨੂੰ ਜੋੜਦਾ ਗਿਆ ਭਾਈ ਕਿਵੇਂ ਸਮੇਂ ਨੂੰ ਬਦਲਿਆ ਸਤਿਗੁਰਾਂ ਨੇ ਸਮਾਂ ਜਾਣੇ ਜਾਂ ਸਮੇਂ ਦਾ ਦੌਰ ਜਾਣੇ ਕਿੰਨੇ ਦੁੱਖ ਕਾਲਜੇ ਵਿੱਚ ਝੱਲੇ ਇਹ ਸਰਹੰਦ ਜਾਣੇ ਜਾਂ ਚਮਕੌਰ ਜਾਣੇ ਸਰਦਾਰ ਮਹਤਾਬ ਸਿੰਘ ਤੇ ਸਰਦਾਰ ਸੁੱਖਾ ਸਿੰਘ ਨੇ ਛਕਿਆ ਅੰਮ੍ਰਿਤ ਆ ਹਰਿਮੰਦਰ ਸਾਹਿਬ ਦੇ ਵਿੱਚ ਮੱਸਾ ਰੰਗੜ ਪੜਾਂਗ ਤੇ ਬੈਠਾ ਸ਼ਰਾਬ ਪੀਂਦਾ ਦੌੜ ਚਲਾਉਂਦਾ ਭਾਈ ਜਾ ਕੇ ਬਾਹਰ
ਪਾ ਕਹਿੰਦੇ ਆ ਦੱਸੂ ਕੇ ਤਾਲੇ ਪ੍ਰਭਾ ਚੰਗਿਆ ਲੰਬੜਦਾਰ ਹਰ ਵੱਢ ਕੇ ਹੋ ਮੇਰੀ ਦਾਲੋ ਹਰ ਵੱਢ ਕੇ ਮਸੇ ਬੇਈਮਾਨ ਦਾ ਓਏ ਉਹਨਾਂ ਨੇ ਜਾਂ ਤੇ ਟੰਗਿਆ ਉਲਾਰ ਮੱਸੇ ਬਈ ਮਾਰਦਾ ਓਏ ਉਹਨਾਂ ਨੇ ਜਾਂ ਤੇ ਟੰਗੀਆਂ ਉਲਾਰ ਆਸ਼ੀ ਬਾਮਰੋਲੇ ਵਾਂਗ ਸੰਘੇ ਉੱਡ ਗਏ ਬਾਮਰੋਲੇ ਵਾਂਗ ਸੰਘੇ ਉੱਡ ਗਏ ਉਹ ਵੀਰ ਘੋੜਿਆਂ ਤੇ ਹੋਇਆ ਸਵਾਰ ਜਾਦੋ ਰੱਬਾ ਜਗ ਰਹਿੰਦੀਆਂ ਮਰਦਾ ਤੇਰੀਆਂ ਰਹਿੰਦੀਆਂ ਹੋ ਜੋਦਿਆ ਤੇਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਵੀਰ ਸਿੰਘ ਜੀ ਪਤਾਰੇ ਵਾਲੇ ਨੇ ਜੱਥਾ ਸੰਗਤਾਂ ਨੂੰ ਗੁਰਤਿਆਰ ਬਾਰੇ ਨਿਹਾਲ ਕਰੇਗਾ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਿਵਾਜ
आखो सतनाम श्री वाहिगुरु जी पाके प्रेम डोरिया पाके प्रेम डोरिया रब बस संतां ने कीता ओ मरनो नहीं डरदे जेना नाम दा प्याला पीता जेना हुंदी मेर दाटिया केने टट्टिया थमानू हथ पौना जिन्हां तेरा नाम जपया कई तर गए कईयां ने तर जाना उन्हां दियां लख मनिया जेना मनिया तेरा वे कहिंदे पाणा थक गया पाके तर ले ना वे सुनिया किसे अरदासा डुबदा जहाज तारिया आगे रखिया तेरे ते परवासा लभ लिया गुरु सच दा होका दे गया सी मक्खन लवाना जेना तेरा नाम जपया कई तर गए कईयां ने तर जाना उन्हां दियां लख मनिया जेना मनिया तेरा वे कहिंदे पाणा संत रब दे नाल प्रीत रखण भजन कर जो नेक ख्याल प्यारे छड आत्मा मेरे परमात्मा नू रब नाल होए खंड खीर प्यारे सारे जगत पखीर दी बादशाही असल बादशाह संत पखीर प्यारे दर्शन इना दे कुल ब्रह्मंड करदा सेवादार अमीर वजीर प्यारे गुरु रूप खालसा जी गुरु दरबार बाणी दा प्रवाह चल रहा है सचखंड गुरु दरबार हाजरियां लवाइए वाहे गुरु जी का खालसा वाहे गुरु जी की फतेह अमृत पाके बेच सर्ब लोहे दे वाटे चे अमृत पाके बेच सर्ब लोहे दे वाटे चे पंजा सिखा ताई सतगुर ने शिकाया चार किरता ते पंज रहता दसियां वाजा वाले ने कड़ा कृपान कशहरा कंगा केस बदलाया जगदी झूठ देना नेड़े जाना खालसा अज तो खालस हो गए सतगुरु ने फरमाया अमृत खंडे दा पीता सी सरदार पचित्र सिंह ने सिर तो बार बाबे खंडा सी खड़काया कृपा उना दी ते असी खालसे सजे होया अखा ओलो क्यों वाजा वाला भलाया गुरु रूप खालसा जी ਕਿੱਤਾ ਸੈਨ ਸੂਰਮੇ ਨੇ ਉਹ ਪਹਾੜੀ ਰਾਜਿਆਂ ਦੇ ਆਹੂ ਲਾ ਉਹ ਸਮਝਾ ਸੀ ਨੂੰ ਢਾੜੀ ਜਸਾ ਸੈ ਛੱਦ ਦੇ ਸਾਹਮਣੇ ਇਸ ਤਰ੍ਹਾਂ ਦੇ ਮਾਰੀਆਂ
ਸਿੰਘਾਂ ਦੀ ਫੌਜ ਨੇ ਮੁਖ ਸਤਿ ਸ੍ਰੀ ਅਕਾਲ ਬੁਲਾ ਕੇ ਸਿਰ ਲਾ ਲਿਆ ਹੋ ਮੇਰੀ ਦਾਤ ਮੇਰੇ ਹੋ ਸਿਰ ਲਾ ਲਿਆ ਉਹਦੇ ਸਿੰਘ ਰਾਜ ਨੇ ਹੋ ਰਾਜ ਕੇਸਰੀ ਤੇ ਬਾਹਰ ਚਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਈਪ ਬੈਂਡ ਦਰਬਾਰ ਦੀ ਹਾਜ਼ਰੀ ਭਰੇਗਾ, ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ਦੇ ਹੋਏ ਜਿੰਨਾ ਸਮਾਂ ਹੋਰ ਥੋੜ੍ਹਾ ਜਿਹਾ ਸਤਿਸੰਗ ਜੀ ਭਾਗਾਂ ਵਿੱਚ ਆਪਣਿਆਂ 'ਚ ਉਹਦਾ ਵੀ ਆਪਾਂ ਲਾਹਾ ਲੈਣਾ ਹੈ। ਪਰਮ ਸਤਿਕਾਰਯੋਗ ਗੁਰੂ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਾਡੀ ਸਿੰਘਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਦੇ ਨਾਲ ਸਾਂਝਾ ਕੀਤਾ ਹੈ। ਸਾਰੀਆਂ ਸੰਗਤਾਂ ਜਾਣਦੀਆਂ ਹਨ ਅੱਜ ਦਾ ਇਹ ਗੁਰਮੁਖ ਸਮਾਗਮ, ਜੋ ਰਹਿਮਤਾਂ ਜੋ ਬਖਸ਼ਿਸ਼ਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪਰਮ ਪਿਆਰੇ ਸੇਵਕ ਧੰਨ ਧੰਨ ਬ੍ਰਹਮ ਗਿਆਨੀ ਸ੍ਰੀਮਾਨ 108 ਸੰਤ ਮਹਾਰਾਜ ਸੰਤ ਬਾਬਾ ਬਸੰਤ ਸਿੰਘ ਜੀ ਤੋਂ 1935 ਦੇ ਵਿੱਚ ਸਤਿਸੰਗ ਜੀ ਭਵਿੱਖਬਾਣੀ ਕੀਤੀ ਸੀ ਮਹਾਂਪੁਰਖਾਂ ਨੇ। ਇਸ ਸਥਾਨ 'ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਪਏ ਹੋਏ ਹਨ, ਸ਼ਹੀਦ ਸਿੰਘਾਂ ਦੇ ਚਰਨ ਪਏ ਹੋਏ ਹਨ। ਸਮਾਂ ਆਵੇਗਾ ਇੱਥੇ ਜੋੜ ਮੇਲੇ ਲੱਗਿਆ ਕਰਨਗੇ, ਬਾਣੀ ਦੇ ਪ੍ਰਵਾਹ ਚੱਲਣਗੇ। ਉਹ ਸਮਾਂ ਸਤਿਸੰਗ ਜੀ 40 ਸਾਲ ਬਾਅਦ ਧੰਨ ਧੰਨ ਬ੍ਰਹਮ ਗਿਆਨੀ ਸ੍ਰੀਮਾਨ 108 ਸੰਤ ਮਹਾਰਾਜ ਸੰਤ ਬਾਬਾ ਬਸੰਤ ਸਿੰਘ ਜੀ ਦੇ ਪਰਮ ਪਿਆਰੇ ਸੇਵਕ ਅੰਮ੍ਰਿਤ ਦੇ ਵਪਾਰੀ ਸ੍ਰੀਮਾਨ 108 ਸੰਤ ਮਹਾਰਾਜ ਸੰਤ ਬਾਬਾ ਗਿਆਨ ਸਿੰਘ ਜੀ ਨਿਰਮਲ ਕੁਟੀਆ ਜੌਲਾਂ ਵਾਲੇ, ਜਦੋਂ ਇਹ ਸੰਗਤਾਂ ਇੱਥੋਂ ਗਈਆਂ ਬੇਨਤੀ ਕਰਨ ਵਾਸਤੇ, ਆਪ ਜੀ ਕਿਰਪਾ ਕਰੋ, ਗੁਰਦੁਆਰਾ ਸਾਹਿਬ ਸਜਾਉਣਾ ਹੈ, ਨੀਂਹ ਪੱਥਰ ਰੱਖਣਾ ਹੈ, ਸਤਿਸੰਗ ਜੀ ਹੁਕਮ ਹੋਇਆ ਪਹਿਲਾਂ ਆਪਣੀਆਂ ਨੀਹਾਂ ਪੱਕੀਆਂ ਕਰੋ, ਬਾਅਦ ਵਿੱਚ ਗੁਰੂ ਘਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਸਤਿਸੰਗ ਜੀ, ਅੱਜ ਆਪਾਂ ਬੜੇ ਪਿਆਰ ਸਤਿਕਾਰ ਦੇ ਨਾਲ ਉਸ ਰਹਿਮਤ ਨੂੰ, ਉਸ ਦਿਆਲਤਾ ਨੂੰ ਯਾਦ ਕਰ ਰਹੇ ਹਾਂ ਜੋ ਸ੍ਰੀਮਾਨ 108 ਸੰਤ ਮਹਾਰਾਜ ਸੰਤ ਬਾਬਾ ਗਿਆਨ ਸਿੰਘ ਜੀ ਅਤੇ ਸ੍ਰੀਮਾਨ 108 ਸੰਤ ਮਹਾਰਾਜ ਸੰਤ ਬਾਬਾ ਹਰਭਜਨ ਸਿੰਘ ਬਰਕ ਜੀ ਨੇ 1975 ਦੇ ਵਿੱਚ ਆਪਣੇ ਪਵਿੱਤਰ ਅਸਤ ਕਬਲਾਂ ਨਾਲ ਇਸ ਦਰਬਾਰ ਦਾ ਨੀਂਹ ਪੱਥਰ ਰੱਖਿਆ। ਆਪ ਜੀ ਹੁਣੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਸੀ। ਜਦੋਂ ਚੌਥੀ ਜੰਗ ਲੜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਫਤਿਹ ਹੋਈ, ਸਿੰਘਾਂ ਨੂੰ ਸਿਰੋਪਾ ਦੇਣ ਲੱਗੇ, ਸਿੰਘਾਂ ਨੂੰ ਇਕੱਠਿਆਂ ਕੀਤਾ, ਕਹਿੰਦੇ ਮੰਗੋ ਗੁਰਸਿੱਖੋ, ਕੀ ਮੰਗਦੇ ਹੋ, ਅਸੀਂ ਤੁਹਾਡੇ 'ਤੇ ਬਹੁਤ ਖੁਸ਼ ਹਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਆਪਣੇ ਜਸ਼ਾਰੂ ਸਿੰਘਾਂ ਦੇ ਨਾਲ। ਸਤਿਸੰਗ ਜੀ, ਸਿੰਘਾਂ ਨੇ ਕੀ ਮੰਗਿਆ? ਕਹਿੰਦੇ ਪਾਤਸ਼ਾਹ ਜੇ ਤੁੱਠੇ ਹੋ, ਕਿਰਪਾ ਕਰੋ, ਧਰਮ ਯੁੱਧ ਕਰਨ ਨੂੰ ਹੋਰ ਚਿੱਤ ਕਰਦਾ ਹੈ, ਜੰਗ ਕਰਨ ਨੂੰ ਹੋਰ ਚਿੱਤ ਕਰਦਾ ਹੈ। ਸਤਿਸੰਗ ਜੀ, ਜਿਹੜਾ ਸੱਚ ਲਈ ਜੰਗ ਲੜਿਆ ਜਾਂਦਾ ਹੈ ਉਹ ਵੀ ਇੱਕ ਕਮਾਈ ਹੁੰਦੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿਣ ਲੱਗੇ, 10ਵੇਂ ਜਾਮੇ 'ਚ ਆਵਾਂਗੇ, 1.25 ਲੱਖ ਦੇ ਨਾਲ ਇੱਕ ਨੂੰ ਲੜਾਵਾਂਗੇ। ਤੁਸੀਂ ਸਾਰੇ ਜਾਣਦੇ ਹੋ ਚਮਕੌਰ ਸਾਹਿਬ ਜੀ ਦਾ, ਚਮਕੌਰ ਦੀ ਗੜੀ ਦਾ ਇਤਿਹਾਸ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਚਨ ਸੱਤ ਹੋਏ, ਜਿੱਥੇ ਇੱਕ ਇੱਕ ਸਿੰਘ ਨੂੰ 1.25 ਲੱਖ ਦੇ ਨਾਲ ਲੜਾਉਣਾ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਵਾਹ ਪ੍ਰਗਟਿਓ ਮਰਦ ਗੰਬੜਾ ਵਰਿਆਮ ਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਕੇਸਗੜ੍ਹ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ ਉਸ ਅਮੁੱਲੀ ਦਾਤ ਨੂੰ, ਜਿਸ ਦਾਤ ਨੂੰ ਸੁਰ ਨਰ ਮੁਨਿ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ 'ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜਿਸ ਅੰਮ੍ਰਿਤ ਨੂੰ ਦੇਵੀ ਦੇ ਮਹਾਰਾਜ ਜੀ ਨੇ ਉੱਥੇ ਪ੍ਰਗਟ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ। ਮੁਰਦਾ ਕੌਮ ਅੰਦਰ ਜਾਣ ਪਾਣ ਖਾਤਰ ਕੈਸੀ ਜੁਗਤ ਬਣਾਈ, ਦਸ਼ਮੇਸ਼ ਜੀ ਨੇ ਸਰਵ ਲੋਹ ਦੇ ਬਾਟੇ ਵਿੱਚ ਜਲ ਪਾ ਕੇ ਜਹਰਾ ਕਲਾ ਦਿਖਾਈ, ਦਸ਼ਮੇਸ਼ ਜੀ ਨੇ ਇਸ ਜਲ ਵਿੱਚ ਖੰਡਾ ਪ੍ਰਵੇਸ਼ ਕਰਕੇ ਅਥਾਹ ਅਣਖ ਮਲਾਈ, ਦਸ਼ਮੇਸ਼ ਜੀ ਨੇ ਨਾਲੇ 5 ਬਾਣੀਆਂ ਦੀ ਸ਼ਕਤੀ ਇਸ ਅੰਮ੍ਰਿਤ ਵਿੱਚ ਮਲਾਈ, ਦਸ਼ਮੇਸ਼ ਜੀ ਨੇ ਪਹਿਲਾਂ 5 ਮਲਾ ਤਿਆਰ ਕੀਤੇ, ਬੇੜਾ ਕੌਮ ਦਾ ਪਾਰ ਉਤਾਰਨੇ ਲਈ, ਨਾਲੇ ਰਾਮ ਦੇ ਨਾਲ ਸਮਝਾ ਦਿੱਤਾ, ਸਿੰਘ ਜਨਮ ਲੈਂਦੇ ਸੀ ਵਾਰਨੇ ਲਈ। ਸਤਿਸੰਗ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ
ਉਹ ਅੰਮ੍ਰਿਤ ਖਾਲਸੇ ਨੂੰ ਸਜਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ। ਇਸ ਅੰਮ੍ਰਿਤ ਨੇ ਚਿੜੀਆਂ ਨਮਾਣੀਆਂ ਤੋਂ ਆਕੀ ਆਵਾਜ਼ ਤੜਾ ਕੇ ਦੱਸ ਦਿੱਤੇ, ਬਾਬਾ ਦੀਪ ਸਿੰਘ ਵਰਗੇ ਸਿਰ ਲੱਥ ਜੋਧੇ ਬਿਨਾਂ ਸੀਸ ਲੜਾ ਕੇ ਦੱਸ ਦਿੱਤੇ। ਇਹ ਅੰਮ੍ਰਿਤ ਦੀ ਸ਼ਕਤੀ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੇ ਕਹਿੰਦੇ ਸੀ ਅਸੀਂ ਸਾਧ ਸੰਗਤ ਜੀ ਕਦੀ ਸਾਡਾ ਕੰਮ ਆ ਕਾਮ ਹਮਾਰਾ ਤੋਲਣ ਤਕੜੀ ਨੰਗੀ ਕਰ ਦੇਣਾ ਕਦੇ ਹੂੰ ਕੱਪੜੀ ਕਿਹੜੀ ਉਡੇ ਤੇ ਡਰ ਜਾਊਂ ਦੁਸ਼ਮਣ ਕੇ ਸਾਥ ਕੈਸੇ ਲੜ ਪਾਊਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਸਵਾ ਸਵਾ ਲੱਖ ਦੇ ਨਾਲ ਲਾਇਆ। ਇਸ ਅੰਮ੍ਰਿਤ ਨੂੰ ਧੰਨ ਮਹਾਰਾਜ ਸ਼੍ਰੀਮਾਨ 108 ਸੰਤ ਮਹਾਰਾਜ ਸੰਤ ਬਾਬਾ ਬਸੰਤ ਸਿੰਘ ਜੀ ਨੇ ਗੁਰਸਿੱਖੀ ਦਾ ਕੇਂਦਰ ਬਣਾਇਆ ਨਿਰਮਲ ਕੁਟੀਆ ਜੌਲਾ, ਜਿੱਥੋਂ ਸੰਗਤਾਂ ਹਰ ਸ਼ਗਨਾਂਦ ਨੂੰ ਪਿੱਛੇ ਵਿਸਾਖੀ ਸਤਸੰਗ ਜੀ ਮਨਾਈ, ਖਾਲਸੇ ਦਾ ਸਾਜਨਾ ਦਿਵਸ ਬੇਅੰਤ ਸੰਗਤਾਂ ਨੇ ਖੱਡੇ ਵਾਟੇ ਦਾ ਅੰਮ੍ਰਿਤ ਸ਼ਾਹ ਜੀ ਸੰਗ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਸਿੱਖੀ ਦਾ ਪ੍ਰਚਾਰ ਕੀਤਾ, ਉਹਨਾਂ ਦੇ ਪਰਮ ਪਿਆਰੇ ਸੇਵਕ ਸ਼੍ਰੀਮਾਨ 108 ਸੰਤ ਮਹਾਰਾਜ ਸੰਤ ਬਾਬਾ ਗਿਆਨ ਸਿੰਘ ਜੀ ਨੇ, ਸ਼੍ਰੀਮਾਨ 108 ਸੰਤ ਮਹਾਰਾਜ ਸੰਤ ਬਾਬਾ ਹਰਭਜਨ ਸਿੰਘ ਬਰਕ ਜੀ, ਜਿੱਥੇ ਵੀ ਗਏ ਅੰਮ੍ਰਿਤ ਤੋਂ ਬਗੈਰ ਸਤਸੰਗ ਜੀ ਕੋਈ ਗੱਲ ਨਹੀਂ ਕੀਤੀ। ਭਾਵੇਂ ਉਹ ਯੂਰਪ ਕੰਟਰੀਆਂ ਸੀ, ਭਾਵੇਂ ਉਹ ਅਰਬ ਕੰਟਰੀਆਂ ਸੀ, ਗੁਰਦੁਆਰਿਆਂ ਦੇ ਨਾਂ ਵੀ ਧੰਨ ਮਹਾਰਾਜ ਸੰਤ ਬਾਬਾ ਗਿਆਨ ਸਿੰਘ ਜੀ ਨੇ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਰੱਖੇ। ਕਿੰਨਾ ਹੋਊਗਾ ਉਹਨਾਂ ਨੂੰ ਅੰਮ੍ਰਿਤ ਦੇ ਨਾਲ ਪਿਆਰ। ਸਤਸੰਗ ਜੀ ਜਿੱਥੇ ਆਪਾਂ ਅੱਜ ਇਹ ਉਹ ਘੜੀਆਂ ਯਾਦ ਕਰ ਰਹੇ ਹਾਂ, ਆਪਾਂ ਨੂੰ ਸਤਸੰਗ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੀ ਸਦਾ ਹੀ ਸ਼ੁਕਰ ਗੁਜ਼ਾਰ ਰਹਿਣਾ ਚਾਹੀਦਾ ਹੈ। ਸਤਸੰਗ ਜੀ ਪਿਤਾ ਦਸ਼ਮੇਸ਼ ਜੀ ਦਾ ਰਹਿਣਾ ਚਾਹੀਦਾ ਸ਼ੁਕਰ ਗੁਜ਼ਾਰ ਸਾਨੂੰ, ਜਿਨ੍ਹਾਂ ਵਾਰ ਕੇ ਚਾਰ ਪੁੱਤਰ ਦਿੱਤਾ, ਪੁੱਤਾਂ ਤੋਂ ਵੱਧ ਪਿਆਰ ਸਾਨੂੰ ਸਾਬਤ ਸੂਰਤ ਅਤੇ ਵੱਖਰਾ ਬਖਸ਼ਮਣਾ ਨਾਲੇ ਬਖਸ਼ੀ ਦੁੱਤੀ ਦਸਤਾਰ ਸਾਨੂੰ ਬੜੀ ਘਾਲਣਾ ਘਾਲ ਕੇ ਮਿਲੀ ਸਿੱਖੀ ਦੁਨੀਆ ਐਵੇਂ ਦੀ ਕਹਿੰਦੀ ਸਰਦਾਰ ਸਾਨੂੰ ਸਰਦਾਰੀਆਂ ਬਖਸ਼ੀਆਂ ਬੜੀਆਂ ਘਾਲਣਾ ਘਾਲੀਆਂ ਸਾਰੇ ਦੁੱਖ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਝੋਲੀ 'ਚ ਪਾਏ, ਸਾਰੇ ਸੁੱਖ ਆਪਣੇ ਖਾਲਸੇ ਦੀ ਝੋਲੀ 'ਚ ਪਾ ਦਿੱਤੇ, ਆਪਣਾ ਫਰਜ਼ ਬਣਦਾ ਹੈ। ਆਪਾਂ ਵੀ ਕਲਗੀਧਰ ਪਾਤਸ਼ਾਹ ਜੀ ਹੁਕਮਨਾ ਮਨਾਈਏ, ਉਹਨਾਂ ਤੋਂ ਵਰਸਾਏ ਹੋਏ ਮਹਾਂਪੁਰਖ ਸ਼੍ਰੀਮਾਨ 108 ਸੰਤ ਮਹਾਰਾਜ ਸੰਤ ਬਾਬਾ ਅਜੀਤ ਸਿੰਘ ਜੀ ਨੇ ਸਤਸੰਗ ਜੀ ਕਮਰ ਕੱਸਾ ਕੀਤਾ ਹੋਇਆ ਹੈ, ਜਿੱਥੇ ਵੀ ਜਾਂਦੇ ਹਨ ਸੰਗਤਾਂ ਨੂੰ ਯਾਦ ਕਰਾਉਂਦੇ ਹਨ ਭਾਈ ਇਹ ਮਨੁੱਖਾ ਦੇਹੀ ਮਿਲੀ ਹੈ, ਇਹਨੂੰ ਲੇਖੇ 'ਚ ਲਾ ਲਈਏ, ਖੰਡੇ ਵਾੜੇ ਦਾ ਅੰਮ੍ਰਿਤ ਛਕ ਲਈਏ। ਸਤਸੰਗ ਜੀ ਜਿਨ੍ਹਾਂ ਨੇ ਦਾਤ ਪ੍ਰਾਪਤ ਕੀਤੀ ਧੰਨਤਾ ਯੋਗ, ਜਿਨ੍ਹਾਂ ਨੇ ਹਾਲੇ ਤੱਕ ਇਹ ਦਾਤ ਨਹੀਂ ਪ੍ਰਾਪਤ ਕੀਤੀ, ਸੰਗਰਾਂਦ ਵਾਲੇ ਦਿਨ ਨਿਰਮਲ ਕੁਟੀਆ ਜੌਲਾ ਵਿਖੇ ਸਤਸੰਗ ਜੀ ਅੰਮ੍ਰਿਤ ਸੰਚਾਰ ਹੁੰਦਾ ਕਕਾਰ ਮਹਾਂਪੁਰਖਾਂ ਵੱਲੋਂ ਫ੍ਰੀ ਦਿੱਤੇ ਜਾਂਦੇ ਹਨ, ਪਹੁੰਚ ਕਰਕੇ ਕਲਗੀਧਰ ਪਾਤਸ਼ਾਹ ਜੀ ਦੀਆਂ ਬਖਸ਼ੀਆਂ ਹੋਈ ਦਾਤਾਂ ਖੰਡੇ ਵਾੜੇ ਦਾ ਅੰਮ੍ਰਿਤ ਛੱਕ ਕੇ ਆਪਾਂ ਆਪਣਾ ਝੋਲੀਆਂ ਭਰੀਏ, ਤਾਂ ਜੋ ਕਿ ਸਾਡਾ ਸੰਸਾਰ ਦੇ ਉੱਤੇ ਆਇਆਂ ਦਾ ਜੀਵਨ ਸਫਲਾ ਹੋ ਸਕੇ। ਮਹਾਂਪੁਰਖਾਂ ਨੂੰ ਬੇਨਤੀ ਕੀਤੀ ਗਈ ਸੀ ਪ੍ਰਬੰਧਕਾਂ ਵੱਲੋਂ, ਸਤਸੰਗ ਜੀ ਪ੍ਰਵਾਨ ਹੋਈ ਹੈ, ਅੰਮ੍ਰਿਤ ਬਚਨ ਸਰਵਣ ਕਰਨ ਦਾ ਸੁਹਾਗ ਸਮਾਂ ਪ੍ਰਾਪਤ ਹੋ ਰਿਹਾ ਹੈ, ਉੱਤਮ ਸਲੋਕ ਸਾਧ ਕੇ ਬਚਨ। ਸਤਸੰਗ ਜੀ ਇਹਨਾਂ ਬੱਚਿਆਂ ਨੂੰ ਆਪਾਂ ਆਪਣੇ ਜੀਵਨ ਵਿੱਚ ਕਮਾਉਣਾ ਵੀ ਹੈ, ਪਿਆਰ ਸਤਿਕਾਰ ਦੇ ਨਾਲ ਸਰਵਣ ਵੀ ਕਰਨਾ ਹੈ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪੋ ਆਪਣੇ ਬੱਚਿਆਂ ਨੂੰ ਕੋਲ ਲੈ ਕੇ ਬੈਠਣ ਦੀ ਕਿਰਪਾਲਤਾ ਕਰਨੀ ਜੀ, ਆਵਾਜ਼ ਨਹੀਂ ਆਉਣੀ ਚਾਹੀਦੀ, ਆਪੋ ਆਪਣੇ ਬੱਚਿਆਂ ਨੂੰ ਕੋਲ ਲੈ ਕੇ ਬੈਠਣ ਦੀ ਕਿਰਪਾਲਤਾ ਕਰਨੀ। ਆਪ ਜੀ ਦੇ ਨਾਲ ਸ਼੍ਰੀਮਾਨ 108 ਸੰਤ ਮਹਾਰਾਜ ਸੰਤ ਬਾਬਾ ਅਜੀਤ ਸਿੰਘ ਜੀ ਨਿਰਮਲੇ ਨਿਰਮਲ ਕੁਟੀਆ ਜੌਲਾ ਵਾਲੇ ਪ੍ਰਵਚਨਾਂ ਦੀ ਸਾਂਝ ਕਰਨਗੇ, ਪਿਆਰ ਸਤਿਕਾਰ ਦੇ ਨਾਲ ਸਾਰੀਆਂ ਸੰਗਤਾਂ ਨੇ ਸਰਵਣ ਕਰਨੇ ਜੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ
कबू ना छड खेत वह प्रगटियो मद दया गमड़ा वधियाम अकेला वाहो वाहो गोविंद सिंह आपे गुर चेला सा धरती पई हरियावली जिथे मेरा सतगुरु बैठा आए से जंत पे हरियावले जिनी मेरा सतगुरु देखिया जाए जुगो जुग अटल धन 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 साहेब श्री गुरु ग्रंथ साहेब महाराज जी कलजो के बोहेथ नाम बाणी के जहाज राजान राज भान आन भान देवान देव उपमा महान दसा गुरुआ महाराज के आत्मक स्वरूप ਜਿਹਨਾਂ ਦੀ ਚਰਨ ਸਰਨ 'ਚ ਬੈਠ ਕੇ ਅੱਜ ਆਪਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜਿਹਨਾਂ ਦਾ ਪਾਵਨ ਪਵਿੱਤਰ ਸਥਾਨ ਬਾਬੇ ਸ਼ਹੀਦ ਸਿੰਘਾਂ ਦਾ ਪਿੰਡ ਸੰਗਰਾਂਵਾਲੀ ਵਿਖੇ ਸਲਾਨਾ ਗੁਰਮਤਿ ਸਮਾਗਮ ਦੇ ਵਿੱਚ ਹਾਜ਼ਰੀ ਭਰ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਜੀਵਨ ਤੋਂ ਲਾਭ ਪ੍ਰਾਪਤ ਕਰਨ ਦਾ ਆਪਾਂ ਨੂੰ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਆਪਾਂ ਸਾਰੇ ਗੁਰੂ ਚਰਨਾਂ 'ਚ ਹਾਜ਼ਰੀ ਲਵਾਈਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰੀਏ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਬੁਲਾ ਕੇ ਹਾਜ਼ਰੀ ਲਵਾਈਏ ਸਾਰੇ ਹੀ ਪਿਆਰ ਨਾਲ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੀ ਸਾਧ ਸੰਗਤ ਬੜੀ ਹੀ ਅਕਾਲ ਪੁਰਖ ਪ੍ਰਭੂ ਅੰਤਰਜਾਮੀ ਮਹਾਰਾਜ ਦੀ ਰਹਿਮਤ ਕਿਰਪਾ ਦਿਆਲਤਾ ਸਾਡੇ 'ਤੇ ਵਰਤ ਰਹੀ ਹੈ ਨਿਰੰਕਾਰ ਨੇ ਅਪਾਰ ਰਹਿਮਤ ਕਿਰਪਾ ਕੀਤੀ ਸਾਨੂੰ ਪਿਛਲਿਆਂ ਚੰਗਿਆਂ ਕਰਮਾਂ ਦਾ ਫਲ 84 ਲੱਖ ਜੂਨ ਦੇ ਵਿੱਚੋਂ ਸਭ ਤੋਂ ਉੱਤਮ ਮਨੁੱਖਾ ਦੇਹੀ 84 ਲੱਖ ਜੂਨ ਦਾ ਸਰਦਾਰ ਇਹ ਮਨੁੱਖਾ ਤਨ ਪ੍ਰਾਪਤ ਹੋਇਆ ਇਹ ਮਨੁੱਖਾ ਤਨ ਨਿਰੰਕਾਰ ਨੇ ਕਿਰਪਾ ਕੀਤੀ ਸਾਨੂੰ ਬਾਣੀ ਪੜ੍ਹਨ ਵਾਸਤੇ ਆਪਣੇ ਧਰਮ ਦੇ ਵਿੱਚ ਰਹਿਣ ਵਾਸਤੇ ਆਪਣੇ ਗੁਰੂਆਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਦੇ ਗੁਰੂ ਸਾਹਿਬ ਨੇ ਜੋ ਕੀਤੇ ਹੋਏ ਕਾਰਨਾਮੇ ਸਾਡੇ ਵਾਸਤੇ ਕੀਤੇ ਹੋਏ ਪਰ ਉਪਕਾਰ ਉਹਨਾਂ ਨੂੰ ਯਾਦ ਕਰਦਿਆਂ ਧਰਮ ਦੀ ਮਰਿਆਦਾ ਵਿੱਚ ਰਹਿਣ ਵਾਸਤੇ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਇਹ ਸਮਾਂ ਮਿਲਿਆ ਆਪਾਂ ਨੂੰ ਸਤਿਗੁਰੂ ਮਹਾਰਾਜ ਜੀ ਬਾਣੀ ਵਿੱਚ ਕਿਰਪਾ ਕਰਦੇ ਸਮਝਾਉਂਦੇ ਆਪਾਂ ਪੜ੍ਹਦੇ ਵੀ ਰੋਜ਼ ਆ ਜਿਹੜੀ ਮਨੁੱਖਾ ਦੇਹ ਆ ਕਿਸ ਕੰਮ ਵਾਸਤੇ ਮਿਲੀ ਆ ਭਈ ਪ੍ਰਾਪਤ ਮਨੁੱਖ ਦੇਹ ਹੋਰੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਮਹਾਰਾਜ ਕਿਰਪਾ ਕੀਤੀ ਆ ਇਹ ਕੇਵਲ ਇੱਕ ਪਰਮੇਸ਼ਰ ਦਾ ਨਾਮ ਜਪਣਾ ਇਹ ਪਰਮੇਸ਼ਰ ਦਾ ਨਾਮ ਵੀ ਜਪਣਾ ਜਿਹੜਾ ਸੰਗਤ ਵਿੱਚ ਆਣ ਕੇ ਹੀ ਕਹਿੰਦੇ ਜਿੱਥੇ ਇੱਕ ਨਿਰੰਕਾਰ ਦੀ ਕੀਰਤੀ ਹੁੰਦੀ ਹੈ ਇੱਕ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਸੰਗਤ ਦੇ ਰੂਪ 'ਚ ਆਪਾਂ ਬੈਠਦੇ ਹਾਂ
ਜਿੱਦਾਂ ਅੱਜ ਆਪਾਂ ਸਾਰੇ ਹੀ ਸਤਸੰਗ ਕਰ ਰਹੇ ਹਾਂ, ਐਸੀ ਸਤਸੰਗਤ ਨੂੰ ਮਹਾਰਾਜ ਕਿਰਪਾ ਕਰਦੇ। ਕਹਿੰਦੇ ਸਤਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਿਖਾਣੀਏ। ਜਿੱਥੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਹੋ ਰਿਹਾ, ਜਿੱਥੇ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀਤੇ ਪਰਪਕਾਰ ਨੂੰ ਆਪਾਂ ਯਾਦ ਕਰ ਰਹੇ ਹਾਂ, ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਨੂੰ ਆਪਾਂ ਚੇਤੇ ਕਰ ਰਹੇ ਹਾਂ। ਅਤੇ ਗੁਰੂ ਮਹਾਰਾਜ ਗੁਰਬਾਣੀ ਦੀ ਕਿਰਪਾ ਕਰਦੇ ਮਹਾਰਾਜ ਪਾਵਨ ਬਚਨ ਆ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇਗਾ ਲੈਣਾ। ਜਿਹੜੀ ਹਰੀ ਦੀ ਕੀਰਤੀ ਕਰਨੀ ਹੈ, ਕਹਿੰਦੇ ਸਾਧ ਸੰਗਤ ਜਾਣ ਕੇ ਸਭ ਤੋਂ ਉੱਤਮ ਆ, ਕਹਿੰਦੇ ਸਾਰਿਆਂ ਕਰਮਾਂ ਤੋਂ ਉੱਪਰ ਕਰਮ ਆ ਇਹ, ਕਹਿੰਦੇ ਬਾਣੀ ਦਾ ਇਹ ਫਰਮਾਨ ਆ। ਅਤੇ ਭਾਗਾਂ ਵਾਲੇ ਨੂੰ ਕਹਿੰਦੇ ਪ੍ਰਾਪਤ ਹੁੰਦੀ ਜਿਨ੍ਹਾਂ ਨੇ ਪੂਰਵਲੇ ਕਰਮਾਂ ਵਿੱਚ ਲਿਖੀ ਹੋਆ। ਇਸ ਇਲਾਕੇ ਵਿੱਚ ਹਜ਼ਾਰਾਂ ਦੀ ਲੱਖਾਂ ਦੇ ਲੋਕ ਰਹਿ ਰਹੇ ਆ, ਔਰ ਉਹ ਭਾਗਾਂ ਵਾਲੇ ਆ ਜਿਹੜੇ ਇਸ ਅਸਥਾਨ 'ਤੇ ਅੱਜ ਪਹੁੰਚੇ ਆ, ਮਹਾਰਾਜ ਚਾਹੁੰਦੇ ਨਤਮਸਤਕ ਹੋਏ ਆ, ਜਿਹਨਾਂ ਨੂੰ ਸੰਗਤ ਕਰਨ ਦਾ ਪ੍ਰਾਪਤ ਹੋਇਆ ਇਸ ਭਾਗ ਸਮਾਂ। ਇਸ ਕਰਕੇ ਗੁਰੂ ਕੀ ਸਾਧ ਸੰਗਤ ਮਹਾਰਾਜ ਜੀ ਕਿਰਪਾ ਕਰਦੇ ਆ ਵੀ ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਪਰਮੇਸ਼ਰ ਦੇ ਗੁਣ ਗਾਉਣੇ, ਬਾਣੀ ਪੜ੍ਹਨੀ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਦਨਾ ਪ੍ਰਗਟੇ ਭਲੇ ਸੰਜੋਗਾ। ਰੱਬ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰ ਪੂਰੇ ਤੂੰ ਰਾਖਿਆ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਗੁਰਬਾਣੀ ਪੜ੍ਹਨ ਦੀ, ਗੁਰਬਾਣੀ ਸੁਣਨ ਦੀ, ਗਾਵੋ ਸੁਣੋ ਪੜ੍ਹੋ ਨਿਤ ਭਾਈ। ਕਹਿੰਦੇ ਸਦਾ ਹੀ ਨਿਤ ਦਾ ਭਾਵ ਰੋਜ਼ ਹੀ, ਰਾਤ ਦਿਨ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਓ, ਨਿਰੰਕਾਰ ਨੂੰ ਚੇਤੇ ਕਰੋ ਜਿਸ ਵਾਹਿਗੁਰੂ ਪਰਮੇਸ਼ਰ ਨੇ ਮਨੁੱਖਾ ਦੇ ਦਿੱਤੀ ਆ। ਕਹਿੰਦੇ ਉਸ ਪਰਮੇਸ਼ਰ ਨੇ ਧਰਮਰਾਜ ਦੇ ਰੂਪ ਦੇ ਵਿੱਚ ਸਾਡੇ ਕੋਲ ਕਹਿੰਦੇ ਲੇਖਾ ਵੀ ਲੈਣਾ, ਜਿਹੜੇ ਸੰਸਾਰ ਛੱਡ ਕੇ ਜਾਣਾ, ਕਹਿੰਦੇ ਉਹਨੇ ਪੁੱਛਣਾ ਵੀ ਕਿਹੜੇ ਕਿਹੜੇ ਕਰਮ ਕਰਕੇ ਆਇਆ। ਕਹਿਤ ਕਬੀਰ ਸੁਣੋ ਦੇ ਸੰਤੋ, ਸਾਧ ਸੰਗਤ ਤਰ ਜਾਏਗਾ, ਸਿਮਰਨ ਭਜਨ ਦਇਆ ਨੇ ਕੀਨੀ ਤੋ ਮੁੱਖ ਚੋਟਾ ਖਾਏਗਾ। ਕਹਿੰਦੇ ਸਿਮਰਨ ਨਹੀਂ ਕੀਤਾ, ਭਜਨ ਨਹੀਂ ਕੀਤਾ, ਅਤੇ ਕਹਿੰਦੇ ਫਿਰ ਮੁੱਖ 'ਤੇ ਚੋਟਾਂ ਕਰਦੀਆਂ, ਜਮਾਂ ਦੀ ਮਾਰ ਪੈਂਦੀ ਆ। ਕਹਿਤ ਕਬੀਰ ਸੁਣੋ ਦੇ ਸੰਤੋ, ਸਾਧ ਸੰਗਤ ਤਰ ਜਾਏਗਾ। ਸਾਧ ਸੰਗਤ ਨੂੰ ਵਡਿਆਈ ਦਿੱਤੀ ਆ ਭਗਤ ਕਬੀਰ ਜੀ ਦਾ ਇਹ ਸ਼ਬਦ ਆ ਵੀ ਸਾਧ ਸੰਗਤ ਕਰਨੀ, ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾਹ, ਸਾਕਤ ਸੰਗਤ ਕੀਜੀਏ ਜਾਤੇ ਹੋਏ ਬਿਨਾਹ। ਭਗਤ ਕਬੀਰ ਜੀ ਲਿਖਦੇ ਕਹਿੰਦੇ ਸੰਗਤ ਐਸੇ ਪੁਰਸ਼ਾਂ ਦੀ ਕਰੋ ਜਿੱਥੇ ਕਹਿੰਦੇ ਪਰਮੇਸ਼ਰ ਦੇ ਗੁਣਾਂ ਦੇ ਨਾਲ, ਪਰਮੇਸ਼ਰ ਦੇ ਨਾਮ ਨਾਲ ਪਿਆਰ ਬਣਿਆ ਆਵੇ, ਆਪਣੇ ਧਰਮ ਦੇ ਨਾਲ ਪਿਆਰ ਬਣਿਆ ਆਵੇ। ਕਹਿੰਦੇ ਐਸੇ ਸਾਕਤ ਪੁਰਸ਼ ਦੀ ਸੰਗਤ ਨਾ ਕਰੋ ਜਿੱਥੇ ਕਹਿੰਦੇ ਕੀਤੇ ਹੋਏ ਕਦਮ ਪਿਛਲੇ ਵੀ ਸਾਰੇ ਖਤਮ ਹੋ ਜਾਣ। ਨਿਰੰਕਾਰ ਨੇ ਸਾਡੇ 'ਤੇ ਅਪਾਰ ਕਿਰਪਾ ਕੀਤੀ, ਆਪਾਂ ਦਸਾਂ ਜੋਤਾਂ ਦੇ ਕੀਤੇ ਪਰਪਕਾਰਾਂ ਦੇ ਸਾਡੇ 'ਤੇ ਆਪਾਂ ਉਹਨਾਂ ਦੇਣ ਨਹੀਂ ਦੇ ਸਕਦੇ, ਪਰ ਜੋ ਸਾਹਿਬਾਂ ਨੇ ਸਾਡੇ 'ਤੇ ਕਿਰਪਾ ਕੀਤੀ ਦਸਵੇਂ ਜਾਮੇ ਵਿੱਚ, ਇਹ ਇੱਕ ਬਹੁਤ ਹੀ ਵਿਲੱਖਣਤਾਈ ਹੈ ਸਾਰੇ ਸੰਸਾਰ ਨੂੰ। ਜਦ ਤਾਂ ਹੀ ਜਦੋਂ ਦਾ ਇਹ ਸੰਸਾਰ ਬਣਿਆ ਜਦ ਤਾਂ ਹੀ ਰਹੂਗਾ, ਅਤੇ ਗੁਰੂ ਸਾਹਿਬ ਦੇ ਬਰਾਬਰ ਦੇ ਕੀਤੇ ਹੋਏ ਕਾਰਨਾਮੇ ਦੇ ਬਰਾਬਰ ਹੋਰ ਕੋਈ ਕਰ ਨਹੀਂ ਸਕੂਗਾ। ਸਤਿਗੁਰੂ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ। ਸਤਿਗੁਰਾਂ ਦੇ ਬਰਾਬਰ ਕਹਿੰਦੇ ਹੋਰ ਕੋਈ ਦਾਤਾ ਨਹੀਂ, ਹੋਰ ਕੋਈ ਪੀਰ ਨਹੀਂ, ਕੋਈ ਫਕੀਰ ਨਹੀਂ, ਕੋਈ ਗੁਰੂ ਨਹੀਂ, ਸਤਿਗੁਰੂ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨੌ ਬੁਰਾ। ਨਾਲ ਹੀ ਮਹਾਰਾਜ ਕਿਰਪਾ ਕਰਦੇ ਸਮਝਾਉਂਦੇ ਵੀ ਸਤਿਗੁਰੂ ਤੋਂ ਬਗੈਰ ਗੁਰੂ ਕੋਈ ਨਹੀਂ, ਅਤੇ ਨਗੁਰੇ ਪੁਰਸ਼ ਦਾ ਜਿਹੜਾ ਕਹਿੰਦੇ ਦਰਸ਼ਨ ਵੀ ਉਹ ਕਹਿੰਦੇ ਮਾੜਾ ਆ। ਜਿਹੜੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਹਲੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਦੀ ਸੇਵਾ ਵਿੱਚ ਨਹੀਂ ਸੀ ਆਏ, ਜੋ ਘਰ ਵਿੱਚੋਂ ਸੰਸਕਾਰ ਮਿਲੇ ਸੀ ਬਜ਼ੁਰਗਾਂ ਵੱਲੋਂ, ਹਰ ਸਾਲ ਗੰਗਾ ਜਾਣਾ, ਇਸ਼ਨਾਨ ਕਰਨਾ, ਉੱਥੇ ਕੋਈ ਦਾਨ ਕਰਨਾ, ਤੁਰ ਕੇ ਜਾਇਆ ਕਰਦੇ ਸੀ ਪਿੰਡ ਬਾਸਰ ਕੇ ਤੋਂ ਹਰਿਦੁਆਰ ਪਹੁੰਚਣਾ, ਜੰਗਲ ਦਾ ਰਸਤਾ ਹੁੰਦਾ ਸੀ, ਇਸ਼ਨਾਨ ਕਰਕੇ ਫਿਰ ਵਾਪਸ ਕਿੰਨਿਆਂ ਮਹੀਨਿਆਂ ਵਿੱਚ ਆਉਣਾ, ਇਹ ਹਰ ਸਾਲ ਦਾ ਨਿਯਮ ਸੀ।
ਜਿਹੜੇ 21ਵੇਂ ਸਾਲ 'ਚ ਬਸ ਵਾਪਸ ਆ ਰਹੇ ਆ, ਇੱਕ ਬ੍ਰਹਮਚਾਰੀ ਨਾਲ ਮਿਲਾਪ ਹੋਇਆ, ਉਹਨਾਂ ਦੀ ਸੇਵਾ ਵੀ ਕੀਤੀ, ਵਚਨ ਬਲਾਸ ਵੀ ਹੋਏ ਉਹਨਾਂ ਦੇ ਨਾਲ। ਉਹਨਾਂ ਦੇ ਸੇਵਾ ਕਰਨ ਦਾ ਤਰੀਕਾ ਦੇਖ ਕੇ ਬ੍ਰਹਮਚਾਰੀ ਕਹਿਣ ਲੱਗੇ ਵੀ ਤੁਸੀਂ ਸੇਵਾ ਬਹੁਤ ਪਿਆਰ ਨਾਲ ਕਰਦੇ, ਤੁਹਾਡਾ ਗੁਰੂ ਕੌਣ ਆ, ਤੁਹਾਨੂੰ ਇਹ ਸਿੱਖਿਆ ਕਿੱਥੋਂ ਮਿਲੀ ਆ? ਅਮਰਦਾਸ ਜੀ ਕਹਿਣ ਲੱਗੇ, ਹਾਲੇ ਤਾਂ ਮੈਂ ਤਾਂ ਹਰ ਸਾਲ ਗੰਗਾ ਇਸ਼ਨਾਨ ਕਰਨ ਜਾਂਦਾ, ਮੈਨੂੰ 21 ਸਾਲ ਹੋ ਗਏ ਗੰਗਾ ਇਸ਼ਨਾਨ ਕਰਦੇ ਨੂੰ, ਕੀ ਹਾਲੇ ਕਿਤੇ ਗੁਰੂ ਧਾਰ ਦੀ ਕੋਈ ਲੋੜ ਆ? ਉਹ ਬ੍ਰਹਮਚਾਰੀ ਕਹਿਣ ਲੱਗੇ, ਜਦ ਤੱਕ ਗੁਰੂ ਵਾਲਾ ਨਹੀਂ ਪ੍ਰਾਣੀ ਬਣਦਾ ਤਾਂ ਗੁਰੂ ਤੋਂ ਬਗੈਰ ਭਾਵੇਂ ਰੋਜ਼ ਹੀ ਇੱਕ ਵਾਰੀ ਛੱਡ ਕੇ 2 ਵਾਰੀ ਵੀ ਇਸ਼ਨਾਨ ਕਰੀ ਜਾਵੇ ਗੰਗਾ ਵਿੱਚ, ਕਹਿੰਦੇ ਜੀਵਨ ਦਾ ਭਲਾ ਨਹੀਂ ਹੋਣਾ। ਆਖੋ ਸਤਨਾਮ ਵਾਹਿਗੁਰੂ। ਅਤੇ ਗੁਰੂ ਕੀ ਸਾਧ ਸੰਗਤ ਇਹਨਾਂ ਬਚਨਾਂ ਦੀ, ਬ੍ਰਹਮਚਾਰੀ ਦੇ ਬਚਨਾਂ ਦੀ ਅਮਰਦਾਸ ਦੇ ਮਨ 'ਤੇ ਸੱਟ ਲੱਗੀ। ਹੁਣ ਗੁਰੂ ਦੀ ਢਾਲ ਭਾਲ ਦੇ ਵਿੱਚ ਆ, ਨਾ ਦਿਨੇ ਚੈਨ ਨਾ ਰਾਤ ਚੈਨ, ਨਾ ਭੁੱਖ ਲੱਗਦੀ ਆ ਨਾ ਪਿਆਸ ਲੱਗਦੀ ਆ। ਇੰਨਾ ਮਨ ਦੇ 'ਚ ਵਿਰਾਗ ਹੋ ਗਿਆ ਵੀ ਗੁਰੂ ਧਾਰਨ ਕਰਨਾ ਕਿੱਡਾ ਵੱਡਾ ਜ਼ਰੂਰੀ ਆ। ਅਤੇ ਗੁਰੂ ਸਾਹਿਬ ਨੇ ਕਿਰਪਾ ਕੀ ਕਰਨੀ ਸੀ, ਜਿਹੜੇ ਅੰਮ੍ਰਿਤ ਵੇਲੇ ਆਪਣੇ ਗ੍ਰਹਿ ਬੈਠੇ ਆ, ਦੂਸਰੇ ਘਰ ਵਿੱਚ ਉਹਨਾਂ ਦੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਛੋਟੀ ਸਪੁੱਤਰੀ ਬੀਬੀ ਅਮਰੋ ਦੀ ਸ਼ਾਦੀ ਹੋਈ ਸੀ, ਉਹ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਆ, ਦੁੱਧ ਰਿੜਕਣ ਲੱਗੇ ਆ, ਕਿਉਂਕਿ ਬੀਬੀਆਂ ਦਾ ਪਹਿਲਾਂ ਸਦਾ ਹੀ ਕਰਮ ਇਹ ਹੋਇਆ ਕਰਦਾ ਸੀ, ਨਾਲੇ ਕੋਈ ਵੀ ਕਰਮ ਕਰਨਾ, ਝਾੜੂ ਕਰਨਾ, ਲੰਗਰ ਦੀ ਸੇਵਾ ਕਰਨੀ, ਦੁੱਧ ਰਿੜਕਣਾ, ਦੁੱਧ ਚੋਣਾ, ਬਾਣੀ ਜ਼ਰੂਰ ਪੜ੍ਹਨੀ, ਪਰਮੇਸ਼ਰ ਦਾ ਕੋਈ ਨਾ ਕੋਈ ਸ਼ਬਦ ਪੜ੍ਹਨਾ, ਤਾਤੀ ਬਹੁਤ ਨਾਲ ਲੱਗ ਗਈ ਪਾਤਬਾਮ ਸਰਨਾਈ ਚੌਗਿਰਧ ਸਮਾਏ ਰਾਮ ਕਾ ਦੁੱਖ ਲੱਗੇ ਨਾ ਭਾਈ ਆਦਿ, ਇੱਦਾਂ ਦੇ ਬੇਅੰਤ ਸ਼ਬਦ ਰੱਖਿਆ ਦੇ ਪੜ੍ਹਨੇ, ਨਾਲ ਮਾਤਾ ਦੇ ਗੁਣ ਗਾਉਣੇ। ਅਤੇ ਬੀਬੀ ਬਾਣੀ ਪੜ੍ਹ ਰਹੀ ਆ, ਡੰਡੌਤ ਬੰਦਨ ਕੇ ਬਾਅਦ ਸਰਵ ਕਲਾ ਸਮਰੱਥ, ਡੋਲਣ 'ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ, ਸਲੋਕ ਪੜ੍ਹਿਆ ਬਲਿਹਾਰੀ ਗੁਰ ਆਪਣੇ ਦਿਹਾੜੀ ਸਤ ਵਾਰ, ਜਿਨ ਮਾਨਸ ਅਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਹਨਾਂ ਸ਼ਬਦਾਂ ਨਾਲ ਅਮਰਦਾਸ ਦੇ ਮਨ ਨੂੰ ਸ਼ਾਂਤੀ ਆਈ, ਮਨ ਨੂੰ ਸ਼ਾਂਤੀ ਵੀ ਆਈ, ਮਨ ਇੰਨੀ ਤਾਂ ਵੀ ਪੈਦਾ ਹੋਈ ਵੀ ਕਿਹੜਾ ਗੁਰੂ ਆ ਜਿਹੜਾ ਆਮ ਮਨੁੱਖ ਤੋਂ ਦੇਵਤਾ ਬਣਾ ਦਿੰਦਾ। ਅਸੀਂ ਤਾਂ ਆਮ ਮਨੁੱਖ ਤੁਰੇ ਫਿਰਦੇ ਹਾਂ, ਕਹਿੰਦੇ ਆਮ ਮਨੁੱਖ ਤੋਂ ਇੰਨੀ ਛੇਤੀ ਕਰਤ ਨਾ ਲਾਗੀ ਵਾਰ, ਆਖ ਝਮਕਣੇ ਦੇਰ ਨੇ, ਕਹਿੰਦੇ ਉਹ ਗੁਰੂ ਇਹ ਐਸਾ ਗੁਰੂ ਜਿਹੜਾ ਤਾਕਤ ਵਾਲਾ ਪਰਮੇਸ਼ਰ ਦੀ ਰਹਿਮਤ ਕਿਰਪਾ ਸਦਕਾ ਜਿਹਦੇ 'ਤੇ ਵਰਤ ਰਹੀ ਆ, ਉਹ ਛਿਨ ਮਾਤਰ ਵਿੱਚ ਤਾਂ ਆਮ ਮਨੁੱਖ ਤੋਂ ਦੇਵਤਾ ਬਣਾ ਦਿੰਦਾ, ਉਹ ਇਹ ਦਰਸ਼ਨ ਤਾਂ ਜ਼ਰੂਰ ਕਰਨੇ ਚਾਹੀਦੇ ਆ। ਅਤੇ ਗੁਰੂ ਕੀ ਸਾਧ ਸੰਗਤ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਚਰਨਾਂ 'ਚ ਪਹੁੰਚਦੇ ਆ, ਦਰਸ਼ਨ ਦਰਸ਼ਨ ਭੇਟ ਤੋਂ ਹੋਤ ਨਿਹਾਲ, ਦਰਸ਼ਨ ਜਿਸ ਵੇਲੇ ਮਾਤਾ ਦੇ ਹੋਏ, ਜਨਮਾਂ ਜਨਮਾਂ ਦੇ ਜਿਹੜੇ ਸੀਗੇ ਮਾੜੇ ਕਦਮ ਦੂਰ ਹੋ ਗਏ, ਜਿਹੜੇ ਚੰਗੇ ਕਦਮ ਸੀ ਉਹ ਜਾਗ ਪਏ, ਮਨ 'ਚ ਪਿਆਰ ਸਰਦਾ ਇੰਨੀ ਵਧੀ, ਮਨ 'ਚ ਭਾਵਨਾ ਆਈ ਵੀ ਮਾਤਾ ਕਿਰਪਾ ਕਰਨ, ਮੇਰਾ ਨਾਂ ਲੈ ਕੇ ਯਾਦ ਕਰਨ, ਮੈਨੂੰ ਬੁਲਾਉਣ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕਿਰਪਾ ਕੀਤੀ, ਅਮਰਦਾਸ ਜੀ ਆਓ ਅੱਗੇ, ਐਡੀ ਦੂਰ ਚੱਲ ਕੇ ਆਏ ਹਾਂ, ਸਾਡੇ ਕੋਲ ਆਣ ਕੇ ਬੈਠੋ। ਫਿਰ ਮਨ ਦੇ ਸਾਰੇ ਸ਼ੰਕੇ ਜਿਹੜੇ ਦੂਰ ਹੋ ਗਏ, ਫਿਰ ਤਨ ਮਨ ਧਨ ਸਭ ਗੁਰੂ ਸਾਹਿਬ ਨੂੰ ਸੌਂਪ ਦਿੱਤਾ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨੀਏ ਪਾਈਏ, ਹੁਕਮ ਮੰਨਿਓ ਗੁਰੂ ਕਿਹੜਾ ਗਾਵੋ ਸੱਚੀ ਬਾਣੀ। ਨਿਰੰਕਾਰ ਨੇ ਕਿਰਪਾ ਕੀਤੀ, ਢੋ ਮੇਲਾ ਬਣਾਇਆ, ਮਾਤਾ ਚਰਨਾਂ 'ਚ ਪਹੁੰਚੇ, ਅਤੇ ਮਾਤਾ ਨੇ ਸੇਵਾ ਬਖਸ਼ੀ ਗੁਰੂ ਕੇ ਲੰਗਰਾਂ ਦੀ, ਝਾੜੂ ਕਰਨਾ, ਬਰਤਨ ਮਾਂਜਣੇ, ਇੱਕ ਹੋਰ ਸੇਵਾ ਦਿੱਤੀ ਵੀ ਅੰਮ੍ਰਿਤ ਵੇਲੇ ਕਹਿੰਦੇ ਜਾ ਕੇ ਬਿਆਸਾ ਦਰਿਆ ਤੋਂ ਕਹਿੰਦੇ ਜਲ ਲੈ ਕੇ ਆਉਣਾ, ਗਾਗਰ ਭਰ ਕੇ ਅਸੀਂ ਇਸ਼ਨਾਨ ਕਰਨਾ। ਰਾਤ ਦਾ ਟਾਈਮ ਹਨੇਰੀ ਰਾਤ ਹੁੰਦੀ ਸੀ, ਖਡੂਰ ਸਾਹਿਬ ਤੋਂ ਜਾਣਾ ਬਿਆਸਾ ਦਰਿਆ ਤਕਰੀਬਨ 5 ਕੋਹ ਹੋਣਾ ਫਾਸਲਾ, ਜਾ ਕਰਕੇ ਪਹਿਲਾਂ ਇਸ਼ਨਾਨ ਕਰਨਾ, ਫਿਰ ਉੱਥੋਂ ਜਲ ਭਰ ਕੇ ਲੈ ਕੇ ਆਉਣਾ। ਰਸਤੇ ਦਮਦਮਾ ਸਾਹਿਬ ਗੁਰਦੁਆਰਾ ਦਰਸ਼ਨ ਕਰਦੇ ਹਾਂ ਆਪਾਂ, ਉੱਥੇ ਆਣ ਕੇ ਦਮ ਲਿਆ ਕਰਦੇ ਸੀ, ਉੱਥੇ ਜੰਡ ਦਾ ਦਰਖਤ ਆ, ਉਹਦੇ 'ਤੇ ਰੱਖ ਕੇ ਗਾਗਰ ਦਮ ਲੈਣਾ, ਫਿਰ ਮਾਤਾ ਦੇ ਚਰਨੇ ਪਹੁੰਚਣਾ। ਅਤੇ ਗੁਰੂ ਕੀ ਸਾਧ ਸੰਗਤ ਜਿਨ੍ਹਾਂ ਨੇ 60-62 ਸਾਲ ਦੀ ਉਮਰ 'ਚ ਮਾਤਾ ਦਾ ਦਰਸ਼ਨ ਕੀਤਾ, 12 ਸਾਲ ਦੇ ਕਰੀਬ ਸੇਵਾ ਕਮਾਈ, ਅਤੇ ਨਿਰੰਕਾਰ ਦੀ ਮਿਹਰ ਹੋਈ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਪਣੀ ਗੁਰਗੱਦੀ 'ਤੇ ਬਿਠਾਲ ਕਰਕੇ ਮਿਹਰ ਕੀਤੀ, ਕਿਰਪਾ ਕੀਤੀ, ਸਾਰੀਆਂ ਦਾਤਾਂ ਬਖਸ਼ ਦਿੱਤੀਆਂ, ਰਹਿਮਤਾਂ ਕੀਤੀਆਂ, ਨਿਵਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਰਾਸਰਿਆਂ ਦੇ ਆਸਰੇ, ਕਿੰਨੇ ਹੀ ਬਦ ਬਖਸ਼ਿਸ਼ ਕੀਤੇ, ਗੁਰਗੱਦੀ 'ਤੇ ਬਿਠਾਲ ਕੇ ਬਾਬਾ ਬੁੱਢਾ ਜੀ ਕੋਲੋਂ ਗੁਰਗੱਦੀ ਦਾ ਤਿਲਕ ਲਵਾਉਣਾ ਕੀਤਾ। ਅਤੇ ਗੁਰੂ ਕੀ ਸਾਧ ਸੰਗਤ
ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਸਾਖੀ ਆ, ਨਸੀਹਤ ਆ, ਸਾਡੇ ਵਾਸਤੇ ਬਹੁਤ ਸਿੱਖਿਆ ਵੱਡੀ ਆ ਵੀ ਗੁਰੂ ਧਾਰਨ ਕਰਨਾ ਕਿਉਂ ਜ਼ਰੂਰੀ ਆ। ਕਿਉਂਕਿ ਬਾਣੀ ਜੀ ਮਹਾਰਾਜ ਕਿਰਪਾ ਕਰਦੇ, ਗੁਰਬਿੰਦ ਘੋਰਿਆ ਅੰਧਾਰ, ਗੁਰੂ ਬਿੰਦ ਸਮਝ ਨਾ ਆਵੇ, ਗੁਰਬਿੰਦ ਸੁਰਤ ਨਾ ਸਿੱਧ, ਗੁਰੂ ਬਿੰਦ ਮੁਕਤ ਨਾ ਪਾਵੇ। ਗੁਰੂ ਤੋਂ ਬਗੈਰ ਕਹਿੰਦੇ ਇਹ ਜੀਵਨ ਮੁਕਤ ਹੋ ਨਹੀਂ ਸਕਦਾ, ਅਤੇ ਗੁਰੂ ਤੋਂ ਬਗੈਰ ਇਹ ਜੀਵਨ ਜਿਹੜਾ ਮਨੁੱਖ ਆ ਨਗੁਰਾ ਹੀ ਰਹਿੰਦਾ। ਗੁਰਮੰਤਰ ਹੀ ਜੋ ਪ੍ਰਾਣੀ ਤੇਰੇ ਗੰਤ ਜਨ ਭ੍ਰਿਸ਼ਟ ਨੇ, ਕੂਕਰਿਆ ਸੂਕਰਿਆ ਕਾਕਿਆ ਸਰਪ ਨੇ ਤੁਲ ਖਲੇ, ਇੱਦਾਂ ਦੀਆਂ ਟੇਢੀ ਜੀ ਉਹਨਾਂ ਤੋਂ ਬਚਣ ਵਾਸਤੇ ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ ਆ, ਮਿਹਰ ਕੀਤੀ ਆ, ਸਾਨੂੰ ਰੱਬੀ ਬਾਣੀ ਬਖਸ਼ੀ ਕੀਤੀ ਆ। ਧੁਰਕੀ ਬਾਣੀ ਆਈ ਤਿੰਨ ਸਗਰੀ ਚਿੰਤ ਮਿਟਾਈ, ਗੁਰਬਾਣੀ ਗਾਵੋ ਭਾਈ ਇਹ ਸਫਲ ਸਦਾ ਸੁਖਦਾਈ, ਗੁਰਬਾਣੀ ਜੁਗ ਮੈਂ ਚਾਨਣ ਕਰਮ ਵਸੇ ਮਨ ਆਏ। ਗੁਰਬਾਣੀ ਜਿਹੜੀ ਹੈ ਸਾਡੇ ਮਨ ਦਾ ਹਨੇਰਾ ਜਿਹੜਾ ਦੂਰ ਕਰਦੀ ਆ, ਸਾਨੂੰ ਗੁਰੂ ਨਾਲ ਜੋੜਦੀ ਆ, ਅਗਿਆਨਤਾ ਹੀ ਦੂਰ ਕਰਕੇ ਸਾਨੂੰ ਗਿਆਨ ਦਾ ਚਾਨਣਾ ਬਖਸ਼ਿਸ਼ ਕਰਦੀ ਆ। ਇਸ ਕਰਕੇ ਜਿੰਨਾ ਵੀ ਮਹਾਰਾਜ ਕਿਰਪਾ ਕਰਦੇ ਬਾਣੀ ਨਾਲ ਪਿਆਰ ਕਰੀਏ, ਓਨੀ ਗੁਰੂ ਦੀ ਕਿਰਪਾ ਹੁੰਦੀ ਆ। ਸਿਆਣੇ ਕਹਿੰਦੇ ਤੇ ਜਿੰਨਾ ਗੁੜ ਪਾਈਏ ਓਨਾ ਹੀ ਮਿੱਠਾ ਹੁੰਦਾ, ਜਿੰਨੀ ਪਿਆਰ ਸਾਧਾ ਨਾਲ ਕਹਿੰਦੇ ਬਾਣੀ ਪੜ੍ਹੀਏ ਓਨੀ ਗੁਰੂ ਕਿਰਪਾ ਕਰਕੇ ਆਪਣੇ ਚਰਨਾਂ ਦਾ ਪਿਆਰ ਬਖਸ਼ਦਾ ਆ। ਇਹ ਪਾਵਨ ਪਵਿੱਤਰ ਅਸਥਾਨ ਬਾਬੇ ਸ਼ਹੀਦ ਸਿੰਘਾਂ ਦਾ ਪਾਤਸ਼ਾਹੀ ਛੇਵੀਂ ਪਿੰਡ ਸੰਗਰਾਂਵਾਲੀ ਵਿਖੇ, ਜੋ ਬ੍ਰਹਮ ਗਿਆਨੀ ਮਹਾਂਪੁਰਸ਼ ਧੰਨ ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਨਿਰਮਲ ਕੁਟੀਆ ਜੌਹਰਾਂ ਵਾਲੇ, ਜਿਹੜਾ ਕੁਝ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਇਸ ਇਲਾਕੇ 'ਚ ਆਏ ਹੋਏ ਸੀਗੇ। ਹਰੇਕ ਪਿੰਡ ਵਿੱਚ ਮਹਾਂਪੁਰਸ਼ਾਂ ਨੇ ਜਾਣਾ, ਕਿਤੇ ਦੋ ਰਾਤਾਂ, ਕਿਤੇ ਚਾਰ ਰਾਤਾਂ ਰਹਿਣਾ, ਗੁਰਬਾਣੀ ਦਾ ਕੀਰਤਨ ਹੋਣਾ, ਕਥਾ ਹੋਣੀ ਗੁਰੂ ਘਰ ਦੀ, ਸੰਗਤਾਂ ਨੂੰ ਅੰਮ੍ਰਿਤ ਛਕਣੀ ਪ੍ਰੇਰਨਾ ਦੇਣੀ, ਸੰਗਤਾਂ ਨੂੰ ਗੁਰੂ ਨਾਲ ਜੋੜਨਾ। ਇਸ ਪ੍ਰਚਾਰ ਦੇ ਦੌਰੇ ਵਿੱਚ ਮਹਾਂਪੁਰਸ਼ ਧੰਨ ਬਾਬਾ ਬਸੰਤ ਸਿੰਘ ਜੀ ਇਸ ਸਥਾਨ ਦੇ ਉੱਤੇ ਆਏ ਸੀਗੇ। ਉਦੋਂ ਇੱਥੇ ਪਿੱਪਲ ਦਾ ਦਰਖਤ ਹੁੰਦਾ ਸੀਗਾ, ਪੁਰਾਣੀ ਸੰਗਤਾਂ ਪਿੰਡ ਦੀਆਂ ਜਾਣਦੀਆਂ, ਸੰਗਤਾਂ ਨੂੰ ਸਖਤਾ ਕਿਹਾ ਕਰਦੀਆਂ ਸੀ, ਅਤੇ ਮਹਾਂਪੁਰਸ਼ਾਂ ਨੇ ਲਾ ਕੇ ਘੋੜਾ ਬੰਨ੍ਹ ਲਿਆ। ਉਸ ਪਿੱਪਲ ਦੇ ਥੱਲੇ ਮਹਾਂਪੁਰਸ਼ਾਂ ਨੇ ਆਪਣਾ ਆਰਾਮ ਕਰਨ ਵਾਸਤੇ ਸੰਗਤ ਨੇ ਪਲੰਘ ਲਿਆ ਦਿੱਤਾ। ਮਹਾਂਪੁਰਸ਼ ਉੱਥੇ ਆਰਾਮ ਕਰਦੇ ਆ, ਸੰਗਤਾਂ ਆਉਂਦੀਆਂ ਦਰਸ਼ਨ ਕਰਦੀਆਂ, ਅਤੇ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ, ਸਮਝਾਉਣਾ ਕੀਤਾ ਨਗਰ ਨਿਵਾਸੀਆਂ ਨੂੰ ਵੀ ਤੁਹਾਡੇ ਕਹਿੰਦੇ ਨਗਰ ਦੇ ਵਿੱਚ ਗੰਗਾ ਵਗ ਰਹੀ ਆ, ਤੁਹਾਨੂੰ ਕਿਹਾ ਦੂਰ ਜਾਣ ਦੀ ਲੋੜ ਨਹੀਂ, ਤੁਹਾਡੇ ਨਗਰ ਵਿੱਚ ਗੰਗਾ ਵਗ ਰਹੀ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਇੱਥੇ ਚੰਨ ਪਏ ਆ ਮੁਬਾਰਕ, ਜਿਹੜੇ ਕਰਤਾਰਪੁਰ ਦੇ ਸਿੰਘ ਸ਼ਹੀਦ ਹੋਏ ਸੀਗੇ, ਉਹਨਾਂ ਦੇ ਕਹਿੰਦੇ ਇੱਥੇ ਖਜ਼ਾਨਾ ਆ, ਸਮੇਂ ਅਨੁਸਾਰ ਕਹਿੰਦੇ ਪ੍ਰਗਟ ਹੋਊਗਾ। ਸੋ ਮਹਾਰਾਜ ਨੇ ਕਿਰਪਾ ਕੀਤੀ, ਸੰਗਤਾਂ ਨੂੰ ਪਿਆਰ ਬਖਸ਼ਿਆ। ਤਕਰੀਬਨ 1975 ਦੇ ਵਿੱਚ ਸੰਗਤਾਂ ਨੇ ਬੇਨਤੀਆਂ ਕੀਤੀਆਂ, ਮਹਾਂਪੁਰਸ਼ਾਂ ਨੇ ਪ੍ਰਵਾਨ ਕੀਤੀਆਂ, ਸੰਗਤ 'ਤੇ ਪਰਚਾ ਵੀ ਪਿਆ, ਮਹਾਂਪੁਰਸ਼ਾਂ ਨੇ ਮਿਹਰ ਕੀਤੀ, ਕਿਰਪਾ ਕੀਤੀ, ਪਹਿਲਾਂ ਗੁਰਦੁਆਰਾ ਸਾਹਿਬ ਨੀਂਹ ਰੱਖਣ ਤੋਂ ਪਹਿਲਾਂ ਕਿਰਪਾ ਕੀਤੀ, ਜਿਹੜਾ ਪੇਪਰ ਆ ਕਹਿੰਦੇ ਇਹਨੂੰ ਪੱਟ ਲਓ। ਅੱਧੀਆਂ ਸੰਗਤਾਂ ਕਹਿਣ ਲੱਗੀਆਂ ਨਹੀਂ ਪੱਟਣਾ ਚਾਹੀਦੀ, ਅੱਗੇ ਅੱਧੀਆਂ ਕਹਿੰਦੀਆਂ ਜੋ ਹੁਕਮ ਮਹਾਂਪੁਰਸ਼ਾਂ ਦਾ। ਮਹਾਂਪੁਰਸ਼ਾਂ ਨੇ ਪੁੱਛਣਾ ਕੀਤਾ, ਜਿਹੜੇ ਕਹਿੰਦੇ ਵੀ ਨਹੀਂ ਪੱਟਣਾ ਚਾਹੀਦਾ, ਵੀ ਤੁਹਾਨੂੰ ਇਸ ਗੱਲ ਦਾ ਗਿਆਨ ਹੈਗਾ ਵੀ ਪਿੱਪਲ ਕਦੋਂ ਦਾ ਆ, ਕਿਨ ਲਾਇਆ, ਕੀ ਕਰ ਰਿਹਾ? ਕਹਿੰਦੇ ਜੀ ਨਹੀਂ, ਸਾਨੂੰ ਇਹ ਤਾਂ ਕੋਈ ਗਿਆਨ ਨਹੀਂ, ਸਾਨੂੰ ਇੰਨਾ ਹੀ ਪਤਾ ਵੀ ਸਖਤਾ ਬਹੁਤ ਆ। ਅਤੇ ਮਹਾਂਪੁਰਸ਼ ਧੰਨ ਬਾਬਾ ਗਿਆਨ ਸਿੰਘ ਜੀ, ਧੰਨ ਬਾਬਾ ਹਰਭਜਨ ਸਿੰਘ ਬਦਕ ਜੀ ਨਾਲ ਸੀਗੇ, ਕਹਿਣ ਲੱਗੇ ਵੀ ਇਹ ਪਿੱਪਲ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹਦੀ ਸੇਵਾ ਲਾਈ ਆ, ਇਹਦੇ ਥੱਲੇ ਮਹਾਰਾਜ ਦਾ ਖਜ਼ਾਨਾ ਆ, ਇਹਦੇ ਕਲਿਆਣ ਹੋਣ ਦਾ ਸਮਾਂ ਆ। 1691 ਬਿਕਰਮੀ ਨੂੰ ਕਹਿੰਦੇ ਜੰਗ ਹੋਇਆ ਸੀਗਾ, 400 ਸਾਲ ਬੀਤਣ ਨੂੰ ਕਹਿੰਦੇ ਜਾ ਰਿਹਾ, ਅਤੇ ਕਹਿੰਦੇ ਉਹ ਜਿਹੜੇ ਸਿੰਘ ਸੂਰਮੇ ਸ਼ਹੀਦ ਹੋਏ ਕਹਿੰਦੇ ਉਹ ਅਰਦਾਸਾਂ ਕਰਦੇ ਆ, ਇਸ ਕਰਕੇ ਪਿੱਪਲ ਪੱਟਣਾ ਚੰਗਾ ਆ। ਸੰਗਤ ਨੇ ਜਕਾਰਾ ਬੁਲਾ ਕੇ ਇਹ ਪ੍ਰਵਾਨ ਕੀਤਾ ਵੀ ਜੋ ਮਹਾਂਪੁਰਸ਼ਾਂ ਦਾ ਹੁਕਮ ਆ ਸਾਨੂੰ ਮਨਜ਼ੂਰ ਆ। ਸਾਧ ਸੰਗਤ ਜੇ ਪਿੱਪਲ ਪੱਟਿਆ, ਥੱਲਿਓ ਸਿੰਘਾਂ ਦੀਆਂ ਆਸਤੀਆਂ ਅਤੇ ਦੋ ਸ਼੍ਰੀ ਸਾਹਿਬ ਵੀ ਨਿਕਲੇ ਆਸਤੀਆਂ ਨਾਲ। ਮਹਾਰਾਜ ਨੇ ਕਿਰਪਾ ਕੀਤੀ, ਸ਼੍ਰੀ ਸਾਹਿਬ ਤਾਂ ਰੱਖੇ ਜੀ ਵੀ ਕੋਈ ਕਵੇ ਨਾ ਕੱਲ੍ਹ ਨੂੰ ਵੀ ਇਹ ਪਤਾ ਨਹੀਂ ਕਿਹੜੀਆਂ ਆਸਤੀਆਂ ਰੱਖੀਆਂ। ਮਹਾਂਪੁਰਸ਼ਾਂ ਨੇ ਕਿਰਪਾ ਕੀਤੀ, ਸੰਗਤ ਨੂੰ ਬਹੁਤ ਪਿਆਰ ਬਖਸ਼ਿਆ, ਉਹ ਆਸਤੀਆਂ ਕੀਰਤਪੁਰ ਸਾਹਿਬ ਜਾ ਕੇ ਜਲ ਪ੍ਰਵਾਹ ਕਰਵਾਈਆਂ। ਐਡਾ ਸੁੰਦਰ ਸਥਾਨ ਸਾਡੇ ਵਾਸਤੇ ਮਹਾਂਪੁਰਸ਼ਾਂ ਨੇ ਗੁਰਸਿੱਖੀ ਦਾ ਪ੍ਰਚਾਰ ਦਾ ਕੇਂਦਰ ਬਣਾਇਆ, ਇੰਨੀ ਕਿਰਪਾ ਕੀਤੀ। ਸਾਰਾ ਇਲਾਕਾ ਆਪਾਂ ਕਿੱਥੇ ਕਿਤੋਂ ਚੱਲ ਕੇ ਆਏ ਹਾਂ, ਕਿੰਨੀਆਂ ਪਿੰਡਾਂ 'ਚ ਸੰਗਤ ਆਈ ਹੋਊ, ਕਿੰਨੇ ਸੰਗਤ ਇੱਕ ਪਿੰਡ 'ਚ ਵੀ ਦੋਸਤ ਦੀ ਵੀ ਆ ਜਾਣ, ਉਸ ਪਿੰਡ ਦੀ ਹਾਰ ਹੀ ਲੱਗ ਜਾਂਦੀ ਆ ਵੀ ਨਗਰ ਵਿੱਚੋਂ ਫਲਾਣੇ ਨਗਰ ਇਹ ਦੋ ਸਿੰਘ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਥਾਨ 'ਤੇ ਨਤਮਸਤਕ ਹੋਣ ਵਾਸਤੇ ਆਏ ਆ। ਇਸ ਕਰਕੇ ਇਹ ਇਲਾਕਾ ਭਾਗਾਂ ਵਾਲਾ, ਅਸੀਂ ਸਾਰੇ ਭਾਗਾਂ ਵਾਲੇ ਹਾਂ, ਪਰ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੋ ਦਾਤ ਆ ਉਹ ਤੋਂ ਦੂਰ ਨਾ ਜਾਈਏ। ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਬਖਸ਼ਿਸ਼ ਕੀਤੀ ਆ, ਅੱਗੇ ਸਾਡੇ ਘਰਾਂ ਦੇ ਵਿੱਚ ਰਾਤ ਨੂੰ ਰੋਜ਼ ਹੀ
तकरीबन रह रखते पाठ तो उपरंत कोई ना कोई साखी प्रवान बजुर्गों वालों सुन मिलता सगा दसवें दसा पातशाहों किसी न किसी पातशाह की साखी पढ़नी जिंगा सूरमे की साखी पढ़नी जिन्हें अपने शहीदियाँ प्रवान कीतिया जिन्होंने गुरसिख पंथ की सेवा की संत महापुरशों ने बंदगी की भगती की उन्हों का सानू घर ही ज्ञान हों गह गह जो साढ़े घर में टीवी आ गए वो साढ़ी वो जगह टीवी मली जाते हैं हम अजक साढ़े हरेक जेब के टीवी पिया है सानू तो बचना चाहिए सानू धन गुरु गोबिंद सिंह महाराज की बख्शी उदात अमृत की उन्हें जोड़ना चाहिए जो महाराज सानू रहत बख्शियां केस कंघा कड़ा कृपान तो कशहरा उन्ना ज़्यादा प्यार करना चाहिए जिन्ना प्यार रहत करेंगे उन्ना गुरु गोबिंद सिंह महाराज सच्चे पासे साढ़े ते कृपा करनगे सानू अपने चरणों का प्यार गुरसिखी जीवन बख्शिश करनगे जे बच्चा अपने बाप नाल प्यार ना करे जे बच्चा अपने प्यार बाप दे कहे ना लगे तो उहदा बाप खुश नहीं हुंदा वह बच्चे नूं कोई भी चीज़ देण तों गुरेज करदा पर जे बच्चे का प्यार है पिता दे नाल ते जो भी वह कहे तो बाप उस वे उदों ही सब कुछ करन वास्ते तैयार हुंदा जे असीं गुरु गोबिंद सिंह महाराज कोलों कुछ लैणा आ जे गुरु गोबिंद सिंह महाराज कोल अपना कुछ घर का सवारना इस जीवन का सवारना जन्म का सवारना चाहते हैं तो साध संगत धन गुरु गोबिंद सिंह महाराज का वचन मनीए खंडे बाटे का अमृत छकीए पंजा प्यारे को गुरु ग्रंथ साहब की हजूरी जो गुरु साहब ने सिक्ख्या दी पंज प्यारे और सिक्ख्या दृढ़ करवाते हैं केस कंघा कड़ा कृपान से कशहरा धारण करनिया पंज रहत अमृत वेले पंज बाणियां पढ़निया जपजी साहब जाप साहब तपत साहब सवैये कवे आवाज बेनती चौपई आनंद साहब आप कई बार अमृत छक लें फिर जाप साहब सब तो पढ़ नहीं हों कहते औखा आ पढ़ नहीं हों पर गुरु की साध संगत जाप साहब इतना प्यार मिलता बाणी पढ़ने नाल 200 वारी साड़ी नमस्कार होंगी है निरंकार के चरणों में गुरु साहब ने इन्नी बारी साढ़े कृपा की है इस करके आपू जी बाणी आ पंजा बाणियों का पाठ जरूर ही करना चाहिए जिले हाले महाराज ने अमृत नहीं छकया तो जोड़े पुरातन गुरसिख से वो पंज बाणियां पढ़ते होंगे अमृत वेले जावी साहब पढ़ना दक्षणी ओंकार सिद्ध गोट गोष्ठ बावन अखरी श्लोक भगत कबीर दे फरीक दे फिर श्लोक महला नवा पढ़ना सुखम सारा पाठ करना इन बाणियां पढ़ते होंगे सके हूँ आपू बाणियां पढ़निया भी औखिया कई हो जाए पर आपू बाणियां पढ़निया तो गुरेज नहीं करना चाहिए दो शाम पढ़िए मूल मंत्र गुरमंत्र का अभ्यास करिए जी महाराज सानू नसीहत दी है सिक्ख्या दी है भाई चार बजे करहता जो दूर रहना पहले आवंधी केसा की बेदबी नहीं करनी महानता भी केसा दसी महाराज ने पहली रहत भी केस है जल्द करहत दसिया कृपा की भी केसा की बेदबी नहीं करनी केस जोड़े गुरु की मोहर आ गुरु की निशानियाँ धन गुरु गोबिंद सिंह महाराज की इस करके केसा नाल प्यार करना फिर कृपा कर दे जागृत जूठ तंबाकू कोई भी जो नशा सेवन नहीं करना मीट आंडा मच्छी शराब ये चीज़ा नहीं वरतनिया इन चीज़ों का वरतन तो महाराज ने गुरबाणी में भी कृपा की समझाया आ ये चीज़ा वरतन के नाल मन मैल लग जाती है मन मैला हो जाता गुरु तो परमेश्वर तो दूर चलिया जाता इस करके आप गुरु साहब दी बख्शियां रहता रखीए जिहड़ी दस्सिया भी करहता नहीं करनिया उन्हां करहता तो बचते रहिए पर तन ते पर तन दा त्याग रखिए अमृत वेले जागीए पंज बाणियां पढ़िए जाप करिए शाम दो पढ़िए शाम दियाँ धन गुरु ग्रंथ साहिब पातशाह दर्शन करिए दर्शन देख जीवां गुर तेरा पूर्ण कर्म होवे प्रभ मेरा ये बेनती सुन प्रभ मेरे देहो नाम कर अपने चेहरे सतगुरु महाराज कृपा कर रहे आ आपा कृपा दे पात्र बणीए धन गुरु गोबिंद सिंह महाराज खुशियां प्राप्त करिए धन गुरु हरगोबिंद साहब महाराज का पाव पवित्र स्थान उन्हें खुशियां अपनी झोली पवाइए आप खंडे बाटे अमृत छकीए बच्चों को गुरसिखी ना जोड़न वास्ते खंडे बाटे का अमृत छकाइए जेडे केस कटते हैं आप केसा तो बहुत गुरेज करना चाहिए एक गुरसिख महाराज दरबार चाय करता है दसवें पातशाह दे उहदी शादी हो गई शादी होने उपरंत उहदे चेहरे उत्ते इक वाल बहुत लंबा सीगा भी ज़्यादा वखरा तकरीबन आखिर लागे जा के सीगा वो घरों बीबी आ गई जी मातो दंदी सी
ਉਹਨੇ ਕਹਿ ਸੁਣ ਕੇ ਉਸ ਸਿੱਖ ਦੇ ਚਿਹਰੇ ਤੋਂ ਰੋਣ ਜਿਹੜਾ ਪਟਾ ਦਿੱਤਾ। ਪਹਿਲਾਂ ਮਹਾਰਾਜ ਦੇ ਦਰਸ਼ਨ ਕਰਨ ਜਾਂਦਾ ਸੀ ਉਹ ਗੁਰਸਿੱਖ ਅਤੇ ਮਹਾਰਾਜ ਪੰਜ ਮੋਹਰਾਂ ਕਿਰਪਾ ਕਰਦੇ ਦਿੰਦੇ ਸੀ, ਉਹਨੂੰ ਖਜ਼ਾਨੇ ਵਿੱਚੋਂ ਪੰਜ ਮੋਹਰਾਂ ਦਿਆ ਕਰਦੇ ਸੀਗੇ। ਜਿਸ ਦਿਨ ਉਹ ਰੋਮ ਪੱਟ ਦਿੱਤਾ ਜਿੱਥੇ ਪੰਜ ਮੋਹਰਾਂ ਮਿਲਦੀਆਂ ਸੀ ਉਹੇ ਧੱਕੇ ਮਾਰ ਕੇ ਦਰਬਾਰ 'ਚੋਂ ਬਾਹਰ ਕੱਢਿਆ ਗਿਆ। ਇੰਨਾ ਗੁਰੂ ਸਾਹਿਬ ਰੋਮਾਂ ਨਾਲ ਪਿਆਰ ਕਰਦੇ ਆ, ਇਸ ਕਰਕੇ ਆਪਾਂ ਕੇਸਾਂ ਦੀ ਬੇਅਦਬੀ ਨਾ ਕਰੀਏ, ਕੇਸਾਂ ਦਾ ਸਤਿਕਾਰ ਕਰੀਏ, ਜੋ ਗੁਰੂ ਸਾਹਿਬ ਦੇ ਬਚਨ ਆ ਉਹਨਾਂ ਨਾਲ ਪਿਆਰ ਕਰਦੇ ਹੋਏ ਖੰਡੇ ਬਾਟੇ ਅੰਮ੍ਰਿਤ ਛਕੀਏ, ਰਹਿਤਾਂ ਰੱਖੀਏ, ਕਿਰਾਤਾਂ ਤੋਂ ਪਰਹੇਜ਼ ਕਰੀਏ। ਫਿਰ ਆਪਾਂ ਜਿੰਨੇ ਵੀ ਆ ਗੁਰਮਤਿ ਸਮਾਗਮ ਮਨਾਉਂਦੇ ਹਾਂ, ਘਰਾਂ ਵਿੱਚ ਅਖੰਡ ਪਾਠ ਕਰਾਉਂਦੇ ਹਾਂ, ਸਹਿਜ ਪਾਠ ਕਰਾਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਸੱਠ ਸੁ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਾਂ, ਫਿਰ ਸਾਨੂੰ ਸਾਰਾ ਹੀ ਜਿੰਨਾ ਵੀ ਫਲ ਸਹਿਜ ਪਾਤਸ਼ਾਹ ਰਹਿਮਤ ਕਰਦੇ ਆ ਉਹ ਬਖਸ਼ਿਸ਼ ਕਰਦੇ, ਸਾਡੀ ਹਾਜ਼ਰੀ ਲੱਗ ਜਾਂਦੀ ਹੈ ਗੁਰੂ ਦੇ ਚਰਨਾਂ ਵਿੱਚ। ਕਿਉਂਕਿ ਰਹਿਤਨਾਮੇ ਦੇ ਵਿੱਚ ਆਉਂਦਾ, ਜੇ ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ, ਰਹਿਤ ਬਿਨਾਂ ਨਾ ਸਿੱਖ ਕਹਾਵੇ, ਰਹਿਤ ਬਿਨਾਂ ਦਾ ਚੋਟਾਂ ਖਾਵੇ। ਰਹਿਤ ਤੋਂ ਬਗੈਰ ਕਹਿੰਦੇ ਚੋਟਾਂ ਖਾਣੀਆਂ ਪੈਂਦੀਆਂ। ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ, ਇੰਨਾ ਗੁਰੂ ਸਾਹਿਬ ਸਾਡੇ ਨਾਲ ਪਿਆਰ ਕਰਦੇ ਆ। ਇਸ ਕਰਕੇ ਦਸਾਂ ਗੁਰੂਆਂ ਦਾ ਸਤਿਕਾਰ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਤਿਕਾਰ ਕਰੀਏ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਖੰਡੇ ਬਾਟੇ ਅੰਮ੍ਰਿਤ ਛਕੀਏ, ਤਾਂ ਕਿ ਸਾਡਾ ਲਿਖੀ ਜਿਹੜਾ ਮਿਲਿਆ ਮਨੁੱਖਾ ਜਨਮ ਆ 84 ਵਿੱਚੋਂ ਸਭ ਤੋਂ ਸਰਦਾਰ ਆ, ਇਹ ਸਫਲਾ ਹੋ ਜਾਵੇ, ਦੁਬਾਰਾ ਸਾਨੂੰ ਨਾ ਆਉਣਾ ਪਵੇ। ਕਿਉਂਕਿ ਮਹਾਰਾਜ ਕਿਰਪਾ ਕਰਦੇ ਵੀ ਸਾਰੇ ਸੁੱਖਾਂ ਦੀ ਲੋੜ ਆ, ਜਾਓ ਸੁੱਖ ਕੋ ਚਾਹੇ ਸਦਾ, ਸਨ ਰਾਮ ਕੀ ਲੇਹੇ ਕਹੋ ਨਾਨਕ ਸੁਣ ਦੇ ਮਨਾ, ਦੁਰਲੱਭ ਮਨੁੱਖ ਦੇ। ਇਹ ਮਨੁੱਖਾਂ ਦੇ ਵੀ ਬਹੁਤ ਦੁਰਲੱਭ ਆ, ਜੇ ਆਪਾਂ ਨੂੰ ਹੁਣ ਸੁੱਖ ਲੋੜ ਆ ਸੁੱਖਾਂ ਦੀ ਇਸ ਜਨਮ ਵਿੱਚ, ਅਤੇ ਗੁਰੂ ਸਾਹਿਬ ਚਰਨਾਂ ਵਿੱਚ ਜਾ ਕੇ ਵੀ ਸੁੱਖਾਂ ਦੀ ਲੋੜ ਆ, ਅਤੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਈਏ, ਗੁਰੂ ਸਾਹਿਬ ਦਾ ਹੁਕਮ ਮੰਨੀਏ, ਹੁਕਮ ਮੰਨੇ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਮਹਾਰਾਜ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਜੀਵਨ ਬਾਣੀ ਬਾਣੀ ਨਾਲ ਸਾਡਾ ਪਿਆਰ ਬਣ ਆਵੇ, ਸਾਨੂੰ ਸੱਚੇ ਪਾਤਸ਼ਾਹ ਰਹਿਮਤ ਕਰਨ ਆਪਣੇ ਚਰਨਾਂ ਨਾਲ ਜੋੜ ਲੈਣ, ਤਾਂ ਕਿ ਜਿਹੜਾ ਮਨੁੱਖਾ ਜਨਮ ਸਫਲ ਹੋ ਜਾਵੇ। ਇੰਨੀਆਂ ਬੇਨਤੀਆਂ ਕਰਦੇ ਦਾ ਸਾਧ ਸੰਗਤ ਤੋਂ ਖਿਮਾ ਦੇ ਜਾਚਕ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਮਹਾਰਾਜ ਕਿਰਪਾ ਕਰਨ ਕਿ ਜਕਾਰਾ ਬੁਲਾਈਏ, ਜਕਾਰਾ ਬੁਲਾਵੇ ਸੋ ਨਿਹਾਲ ਹੋ ਜਾਵੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਨ ਨੂੰ ਭਾਵੇ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੇ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੇ ਮੇਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ, ਅਵਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸਰਣ ਪਿਆ ਸੁਖ ਪਾਈਐ, ਬਾਹੁੜ ਦੁਖ ਨ ਹੋਈ।
ਰਹਾਉ ਬੜ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਤੋਰ ਨਾਨਕ ਦਾਸ ਬਾਸ਼ਾ ਜਿਨ ਹਾਰੇ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਦੇ ਕੀਰਤਨੀਆਂ ਪ੍ਰਚਾਰਕਾਂ ਪਾਸੋਂ ਆਪ ਨੇ ਗੁਰੂ ਦਾ ਸਰਵਣ ਕੀਤਾ ਅੰਤ ਵਿੱਚ ਮਹਾਂਪੁਰਖਾਂ ਨੇ ਗੁਰੂ ਉਪਦੇਸ਼ ਸਤਿਗੁਰਾਂ ਦੇ ਹੁਕਮ ਆਪ ਨੂੰ ਸਰਵਣ ਕਰਾਏ ਬਾਣੀ ਬਾਣੀ ਦੇ ਧਾਰਨੀ ਹੋਣ ਵਾਸਤੇ ਮਹਾਂਪੁਰਸ਼ਾਂ ਨੇ ਪ੍ਰੇਰਨਾ ਦਿੱਤੀ ਹੈ ਸਤਸੰਗੀਓ ਦੀਵਾਨ ਦੀ ਸਮਾਪਤੀ ਹੈ ਸੋ ਆਈਆਂ ਸਮੂਹ ਸੰਗਤਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਮਹਾਂਪੁਰਸ਼ਾਂ ਨੂੰ ਜੀ ਆਇਆਂ ਜਿਨ੍ਹਾਂ ਨੇ ਮਹਾਨ ਕਿਰਪਾ ਕਰਕੇ ਇਸ ਅਸਥਾਨ ਦੀ ਮਹਿਮਾ ਨੂੰ ਵਧਾਇਆ ਸੰਗਤਾਂ ਨੂੰ ਦਰਸ਼ਨ ਦਿੱਤੇ ਅਤੇ ਪ੍ਰਵਚਨ ਕੀਤੇ ਇੱਕ ਬੇਨਤੀ ਕਰਕੇ ਖਿਮਾ ਦਾ ਜਾਜਕ ਹੋਵਾਂਗਾ ਗੁਰੂ ਸਵਾਰਿਓ ਕਲਗੀਧਰ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀਨੇ ਕਾਂਗੜ ਤੋਂ ਇੱਕ ਚਿੱਠੀ ਲਿਖਦੇ ਉਸ ਔਰੰਗਜ਼ੇਬ ਨੂੰ ਚਿੱਠੀ ਲਿਖੀ ਕਹਿੰਦੇ ਨੇ ਔਰੰਗਜ਼ੇਬ ਕਰਤਾ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਸਭ ਕੁਝ ਹੈ ਕਮਾਲੇ ਕਰਾਮਾਤ ਕਾਇਮ ਕਰੀਮ ਰਜਾਵਸ਼ ਰਾਜਕ ਰਹਾਇਕ ਰਹੀਮ ਅਮਾਬਕ ਬਿਸ਼ਨ ਦਾ ਉਹ ਦਸਤੰਗੀਰ ਰਜਾਵਸ਼ ਰੋਜੀ ਦਿਹੋ ਦਿਲ ਪੰਜੀਰ ਅਤੇ ਅਖੀਰ ਵਿੱਚ ਇਹ ਗੱਲ ਆਖੀ ਮੈਂ ਤੈਨੂੰ ਫਤਿਹ ਦੀ ਚਿੱਠੀ ਲਿਖਦਾ ਹਾਂ ਤੂੰ ਹਿੰਦੁਸਤਾਨ ਵਿੱਚ ਹਿੰਦੂਆਂ ਦਾ ਮਲੀਆ ਮੇਰ ਕਰਨਾ ਚਾਹੁੰਦਾ ਸੈਂ ਮੈਂ ਹਿੰਦੂਆਂ ਦੀ ਰੱਖਿਆ ਵੀ ਕੀਤੀ ਆ ਅਤੇ ਤੀਸਰਾ ਖਾਲਸਾ ਪੰਥ ਸਾਜਿਆ ਕੀ ਹੋਇਆ ਜੇ ਤੂੰ ਬੜੀ ਚਲਾਕੀ ਅਤੇ ਹੁਸ਼ਿਆਰੀ ਦੇ ਨਾਲ ਮੇਰੇ ਚਾਰ ਮਾਸੂਮ ਬੱਚਿਆਂ ਨੂੰ ਮਾਰਿਆ ਚੇਤੇ ਰੱਖ ਮੈਂ ਇੱਕ ਐਸਾ ਖਾਲਸਾ ਪੰਥ ਦੀ ਸਾਜਨਾ ਕਰ ਲਿਆ ਜੋ ਨਾ ਤੈਨੂੰ ਸਦਾ ਲਈ ਖਤਮ ਕਰ ਦੇਵੇਗਾ ਦੁਨੀਆ ਖਤਮ ਹੋ ਜਾਵੇਗੀ ਪਰ ਮੇਰਾ ਸਾਜਾ ਖਾਲਸਾ ਪੰਥ ਕਦੇ ਖਤਮ ਨਹੀਂ ਹੋਵੇਗਾ ਗੁਰਦੇਵ ਪਿਤਾ ਜੀ ਨੇ ਬਚਨ ਲਿਖੇ ਜਫਰਨਾਮੇ ਦੇ ਵਿੱਚ ਕਿਹਾ ਕਿਆ ਛੁੱਟ ਕੇ ਬਚਕਾ ਕੁਛਤੇ ਚਾਰ ਕਿ ਬਾਕੀ ਮਸਤ ਪਚੀਤਾ ਮਾਰ ਕੀ ਹੋਇਆ ਜੇ ਮੇਰੇ ਚਾਰ ਮਾਰ ਦਿੱਤੇ ਅਜੇ ਤੇ ਕਾਲਾ ਨਾਗ ਜੋ ਵੱਲ ਮਾਈ ਤੈਨੂੰ ਦੱਸਣ ਵਾਸਤੇ ਬੈਠਾ ਗੁਰੂ ਸਵਾਰਿਓ ਜਦੋਂ ਗੁਰੂ ਸਾਹਿਬ ਦੇ ਹੁਕਮ ਚੱਲਾਂਗੇ ਖੰਡੇ ਬਾਟੇ ਦੀ ਪੌ ਲਾ ਕੇ ਗੁਰੂ ਵਾਲੇ ਬਣਾਂਗੇ ਮਨ ਦੇ ਸਾਰੇ ਡਰ ਤੇ ਭੈਮ ਦੂਰ ਹੋ ਜਾਣਗੇ ਗੁਰਦੇਵ ਪਿਤਾ ਨੇ ਬਾਣੀ ਅੰਦਰ ਵੀ ਇਹ ਬਚਨ ਕੀਤੇ ਹਨ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਨਾ ਜਾਣਾ ਦੂਆ ਤੀਆ ਅੰਮ੍ਰਿਤ ਪੀਆ ਮੈਂ ਅੰਮ੍ਰਿਤ ਪੀਤਾ ਮੈਨੂੰ ਸਤਿਗੁਰ ਨੇ ਇਹ ਦਾਤ ਬਖਸ਼ਿਸ਼ ਕੀਤੀ ਮੈਂ ਦੂਆ ਤੀਆ ਭਾਵ ਕਿਸੇ ਦੀ ਪਰਵਾਹ ਨਹੀਂ ਕਰਦਾ ਇਹ ਨਿਡਰ ਖਾਲਸਾ ਅਮਰ ਖਾਲਸਾ ਗੁਰੂ ਮਹਾਰਾਜ ਨੇ ਪੈਦਾ ਕੀਤਾ ਗੁਰਦੇਵ ਦੇ ਬਚਨਾਂ 'ਤੇ ਚੱਲਾਂਗੇ ਮਹਾਂਪੁਰਸ਼ਾਂ ਨੇ ਜੋ ਹਰ ਸੰਗਰਾਂਦ 'ਤੇ ਮਹਾਨ ਉਪਰਾਲੇ ਕਰਦਿਆਂ ਹੋਇਆਂ ਗੁਰੂ ਵੱਲ ਬਣਨ ਦੀ ਪ੍ਰੇਰਨਾ ਕਰਦੇ ਹਨ ਖੰਡੇ ਬਾਟੇ ਦੀ ਪੌਲ ਦੇ ਕੇ ਸੰਗਤਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਰਹੇ ਹਨ ਸੋ ਸਤਸੰਗੀਓ ਭਾਗਾਂ ਨਾਲ ਇਹ ਸਮਾਂ ਮਿਲਦਾ ਇਹ ਦਾਤ ਖੰਡੇ ਬਾਟੇ ਦੀ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਜਿਹੜੇ ਛੱਕ ਜਾਂਦੇ ਹਨ ਉਹ ਜਨਮ ਮਰਨ ਦੇ ਚੱਕਰ 'ਚੋਂ ਖਤਮ ਹੋ ਜਾਂਦੇ ਹਨ ਸੋ ਮੈਂ ਸਮੂਹ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਗੁਰੂ ਚਰਨਾਂ ਵਿੱਚ ਅਰਦਾਸ ਵਾਸਤੇ ਸੰਖੇਪ ਰੂਪ 'ਚ ਅਰਦਾਸ ਹੋਵੇਗੀ ਦੀਵਾਨ ਦੀ ਸਮਾਪਤੀ ਹੈ ਫਿਰ ਤੋਂ ਆਈਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਪੜ੍ਹਿਆ ਸੁਣਿਆ ਹਿਰਦੇ ਵਿੱਚ ਵਸਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਆ ਗਏ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ
ਤੇਗ ਬਹਾਦਰ ਸਿਮਰਿਆ ਘਰ ਨੌ ਨੀ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਬੋਲੋ ਜੀ ਪੰਜਾਂ ਪਿਆਰਿਆਂ ਚਹੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਨ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਸ਼ਹੀਦਾਂ ਮਰੀਦਾਂ ਮਹਾਂਪੁਰਖਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ ਚਿਤ ਆਵਣ ਕਾ ਸਤਿਕਾਰ ਸਭ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ ਦੇਖਤੇ ਫਤਿਹ ਬਿਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦਾ ਰਾਖਾ ਆਪ ਅਕਾਲ ਪੁਰਖ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੀਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਪਾਤਸ਼ਾਹ ਜੀਓ ਸ੍ਰੀ ਮਾਨਕਸਵਰ ਸੰਤ ਗਿਆਨ ਸਿੰਘ ਜੀ ਨਿਰਮਲ ਕੁੜੀਆ ਜਵਾਨਾਂ ਵਾਲੇ ਧੰਨ ਧੰਨ ਬਾਬੇ ਸ਼ਹੀਦ ਸਿੰਘ ਹੋਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ 'ਤੇ ਸਲਾਨਾ ਨੀ ਪੱਥਰ ਸਮਾਗਮ ਮਨਾਉਂਦਿਆਂ ਹੋਇਆਂ ਦਾਤਾ ਜੀ ਗੁਰੂ ਜਸ ਕਰਦਿਆਂ ਅਨੇਕ ਹੋਈਆਂ ਭੁੱਲਾਂ ਖਿਮਾ ਕਰਨੀਆਂ ਸਤਿਗੁਰ ਜੀ ਬਾਣੀ ਦੇ ਪਾਠ ਖੰਡ ਪਾਠਾਂ ਦੇ ਭੋਗ ਉਪਰੰਤ ਗੁਰੂ ਜਸ ਗੁਰਬਾਣੀ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਅੱਗੋਂ ਤੋਂ ਸਮਤ ਬਖਸ਼ਿਸ਼ ਕਰਨੀ ਸੀਸ ਅਤੇ ਮਿਹਰ ਅਤੇ ਬਗਦਾਦ ਰੱਖਣਾ ਸਤਿਗੁਰੂ ਜੀ ਦੀਵਾਨ ਦੀ ਸਮਾਪਤੀ ਹੈ ਸੁੱਖ ਹੋਵੇ ਨਾਮ ਚਿਤਿਆ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨ ਤਾਂ ਕਿ ਜਾਣ ਵਾਲੇ ਜਾ ਸਕਣ
ਜਿਹੜੀ ਹੈ ਉਹ ਇੱਕ ਪਾਸੇ